ਲਓ ਜੀ ਹਾਜ਼ਰੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਵਾਲੀਆ ਤੇ ਐਸ ਕੁਰੇ ਆਪ ਜੀ ਦੇ ਨਾਲ ਨਾਲੇ ਤੱਕ ਖਬਰਾਂ ਦੀ ਗੱਲਬਾਤ ਕਰ ਲਈਦੀ ਆ ਨਾਲੇ ਸਿਰ ਢਾ ਲਈ ਦ ਹੁਣ ਤੁਸੀਂ ਦੇਖੋ ਜਨਾ ਵੀ ਸਿਰ ਤੁਹਾਡਾ ਕਿਦਾਂ ਢਾ ੜਾ ਦੇ ਸਿਰ ਢਾਈ ਦਾ ਨਾਲ ਵਾਲੇ ਬੰਦੇ ਨਾਲ ਹੋਰ WhatsApp ਕਿਦਾਂ ਆਏ ਚਰਦੀ ਕਲਾ ਜੀ ਠੀਕ ਠਾਕ ਤੁਸੀਂ ਸੁਣਾਓ ਸਤਿ ਸ਼੍ਰੀ ਅਕਾਲ ਸਾਸ੍ਰੀਕਾਲ ਤੇ ਹੈਗੀ ਆ ਪੰਜਾਂ ਡਾਲਿਆਂ ਦਾ ਨੋਟ ਵੇਖਿਆ ਕਿ ਨਹੀਂ ਵੇਖਿਆ ਜੀ ਨਹੀਂ ਮੈਂ ਨਹੀਂ ਦੇਖਿਆ ਮੈਂ ਤਾਂ ਨਹੀਂ ਵੇਖਿਆ ਮੈਨੂੰ ਤਾਂ ਪਤਾ ਮਿਲਣਾ ਤੁਸੀਂ ਦੇਖੋ ਜਿਨ੍ਹਾਂ ਨੂੰ ਮਿਲਣਾ ਨਹੀਂ 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 ਮੈਂ ਤਾਂ ਇਹ ਤਾਂ ਕਲੀਅਰ ਹੀ ਆ WhatsApp ਇਹ ਤਾਂ ਕਲੀਅਰ ਹੈ ਤੁਸੀਂ ਐ ਮੈਂ ਤਾਂ ਇਹ ਚਾਹਣਾ ਆ ਵੀ ਤੁਸੀਂ ਮੜਾ ਕੇ ਰੱਖੋ ਇੱਕ ਪ੍ਰੋਬਲਮ ਐਂਡ ਜਦਨੋਂ ਮਤਲਬ ਜਿਹੜਾ ਉਹ ਫਾਈਨਲੀ ਤੁਸੀਂ ਭੇਟ ਕਰਨਾ ਉਸ ਦਿਨ ਫੇਰ ਉਹ ਐ ਫੋਟੋ ਦੇ ਨਾਲ ਐ ਦਿੱਤਾ ਵੀ ਆਖਰ ਮਤਲਬ ਪਰਮਵੀਰ ਬਾਠ ਨੇ 5 ਡਾਲਰਾਂ ਦੀ ਸ਼ਰਤ ਹਾਰੀ ਮੈਨੂੰ ਡਰ ਪਤਾ ਕਿਸ ਗੱਲ ਦਾ 5 ਡਾਲਰ ਤਾਂ ਤੁਹਾਨੂੰ ਦੇਣੇ ਪੈਣੇ ਤੁਸੀਂ ਅੱਖਾਂ 'ਚ ਕਸੋਨ ਲੈ ਲੈ ਰੋਣਾ ਦੇਣੇ ਪੈ ਗਿਆ ਕਿਉਂਕਿ ਲੀਡਰ ਬੰਦੇ ਲਈ ਇਹੀ ਕੰਮ ਸਭ ਤੋਂ ਔਖਾ ਉਧਰੋਂ ਇਲੈਕਸ਼ਨ ਹੋਣੀ ਆ ਅੱਗੇ ਤੁਹਾਨੂੰ ਫੰਡ ਮਿਲਦੇ ਹੁੰਦੇ ਆ ਕਿ ਦੇਣੇ ਪੈਣੇ ਆ ਉਹ ਵੀ ਇਹ ਨਹੀਂ ਜੇ ਤੇ ਹਾਰ ਜਵਾਂ ਮੈਂ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਪਰ ਪਤਾ ਨਹੀਂ ਮੈਨੂੰ ਦੋਖਿਆ ਵੀ ਮੈਂ ਜਿੱਤ ਜਾਣਾ ਕੋਈ ਗੱਲ ਨਹੀਂ ਤੇ ਮੈਨੂੰ ਆਸ ਉਮੀਦ ਦ੍ਰਿੜਤਾ ਨਾ ਪਤਾ ਕਿ ਮੈਂ ਜਿੱਤਣਾ ਚਲੋ ਲੱਗ ਜੂ ਪਤਾ ਜੀ ਅੱਛਾ ਅੱਜ ਕਿਦੋਂ ਕੱਲ ਸ਼ੁਰੂ ਕਰਨੀਆਂ ਦੇਖੋ ਗੱਲ ਮੈਨੂੰ ਲੱਗਦਾ ਕਿ ਇਹਨੀਆਂ ਗੱਲਾਂ ਮੈਂਗਾ ਪਤਾ ਲੱਗੇ ਅਨਿਲ ਜੋਸ਼ੀ ਇਹ ਲੋ ਕਰਦੇ ਆ ਅਨਿਲ ਜੋਸ਼ੀ ਨੇ ਤੇ ਨਬੇੜੀ ਦਿੱਤੀ ਗੱਲ ਉਧਰੋਂ ਕਾਦੀ ਸ਼ੁਰੂ ਕਰਨੀ ਹੈ ਦੱਸੋ ਫਿਰ ਇਦਾਂ ਕਰਦੇ ਗਰੇਵਾਲ ਸਾਹਿਬ ਨੂੰ ਲੈ ਲੈਨੇ ਆ ਹਰੀਆਲ ਸਾਹਿਬ ਪਤਾ ਨਹੀਂ ਕਿਹੜੀ ਟਰੈਕ ਦੇ ਤੋਂ ਰਪਿਆਰ ਮੈਨੂੰ ਸਮਝ ਨਹੀਂ ਆਈ ਜਾਂ ਤਾਂ ਮਤਲਬ ਝੋਨਾ ਪੋਟੇ ਦਾ ਦੋ ਖੇਨਾ ਜਿਆਦਾ ਲੱਗ ਗਿਆ ਵੀ ਸਹਾਰ ਨਹੀਂ ਸਕੇ ਜਾਂ ਫਿਰ ਉਹਨਾਂ ਨੇ ਮਾਨੇ ਬਣਾਇਆ ਵੀ ਮਤਲਬ ਜਿੰਨਾ ਤੱਤੇ ਤੋਂ ਤੱਤਾ ਬਿਆਨ ਮੈਂ ਦੇ ਸਕਦਾ ਜਿੰਨਾ ਤੱਤੇ ਤੋਂ ਤੱਤਾ ਬਿਆਨ ਮੈਂ ਦੇ ਸਕਦਾ ਉਹਨਾਂ ਹੀ ਦੇ ਦਵਾਂ ਹੁਕਮ ਲੋਹਰਾਨੀ ਵਾਲੀ ਗੱਲ ਹੈ ਵੀ ਜੇ ਸਾਹ ਉਹ ਕਹਿੰਦੇ ਵੀ ਨਕਲੀ ਕਿਸਾਨ ਆ ਇਹ ਜਾਲੀ ਕਿਸਾਨ ਆ ਇਹ ਇਹਨਾਂ ਦਾ ਕਰਕੇ ਅਸਲੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਪਲੱਸ ਜਿਹੜੀ ਵੱਡੀ ਗੱਲ ਉਹਨਾਂ ਨੇ ਕਹੀ ਨਾ ਮੈਨੂੰ ਉੱਤੇ ਬੜਾ ਤਰਾਜ਼ ਆ ਵੀ ਮਤਲਬ ਦੇਖੋ ਜੀ ਇਹ ਤਾਂ ਉਹ ਜਿੱਦਾਂ ਪੰਜਾਬ ਚ ਉਦੋਂ ਆਤਵਾਦ ਵਾਲੀ ਦੌਰ ਸੀਗਾ ਤੇ ਉਹਨੂੰ ਨਜਿੱਠਿਆ ਸੀ ਪੰਜਾਬ ਪੁਲਿਸ ਨੇ ਤਾਂ ਪੰਜਾਬ ਪੁਲਿਸ ਹੀ ਨਜਿੱਠ ਸਕਦੀ ਸੰਦਾਲੀਆ ਸਭ ਦੇਖੋ ਗਰੇਵਾਲ ਸਾਹਿਬ ਵੱਡੇ ਬੰਦੇ ਨੇ ਉਹ ਬੰਦੇ ਨੇ ਕਿਉਂਕਿ ਅਕਾਲੀ ਭਾਜਪਾ ਗੱਠਜੋੜ ਹੁੰਦਾ ਸੀ ਤੇ ਇਹਨਾਂ ਨੂੰ ਰਾਜਪੁਰੇ ਤੋਂ ਭਾਰਤੀ ਜਨਤਾ ਪਾਰਟੀ ਨੇ ਗੱਠਜੋੜੋ ਟਿਕਟ ਦਿੱਤੀ ਸੀ ਵੱਡੇ ਬੰਦੇ ਹੋਣਗੇ ਤੇ ਖਲਕੇ ਤੋਂ ਟਿਕਟ ਦਿੱਤੀ ਜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿਰੇ ਦੇ ਲੀਡਰ ਨੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਤੱਕ ਦੇ ਅਹੁਦੇ ਤੇ ਬੈਠੇ ਨੇ ਜੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਵਕਤ ਮਿਲਦਾ ਤਾਂ ਫਿਰ ਵੱਡੇ ਲੀਡਰ ਪਰ ਦੇ ਬੰਦੇ ਹੋਣੇ ਆ ਪਰ ਇੱਕ ਗੱਲ ਇੱਥੇ ਜਿਹੜੀ ਹੈ ਬੜੀ ਅਜੀਬੋ-ਗਰੀਬ ਹੈ ਠੀਕ ਹੈ ਝੋਨਾ ਪੱਟਿਆ ਗਿਆ ਨਾਂ ਪੱਟ ਦੇ ਚੰਗਾ ਸੀ ਹੁਣ ਰਾਜਪੁਰੇ ਜਾਣਾ ਵੀ ਔਖਾ ਹੋ ਗਿਆ ਆ ਜੇ ਜਾਂਦੇ ਆ ਤਾਂ ਕਿਸਾਨ ਘੇਰਦੇ ਆ ਪਰ ਉਹ बार-बार ਇੱਕੋ ਗੱਲ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਬਦਨਾਮ ਕਰਨ ਦੀ ਚਾਲ ਹੈ ਇਹ ਜਿਹੜਾ ਅੰਦੋਲਨ ਹੈ ਇਹ ਤਾਂ ਆਮ ਕਿਸਾਨ ਥੋੜੀ ਉੱਥੇ ਬੈਠਾ ਆ ਆਮ ਕਿਸਾਨ ਤਾਂ ਖੇਤੀ ਕਰਦਾ ਉਹਦੇ ਕੋਲੇ ਵਕਤ ਕਿੱਥੇ ਆ ਮੈਨੂੰ ਇਹ ਲੱਗਦਾ ਉਹ ਬਾਰ-ਬਾਰ ਕਹਿੰਦੇ ਹੁੰਦੇ ਕਿ नक्सਲੀ ਚਲਾ ਰਹੇ ਆ ਹੋ ਸਕਦਾ ਮੈਂ ਕਹਿੰਨਾ ਕਿ ਚਲੋ ਗਰੇਵਾਲ ਸਾਹਿਬ ਦੀ ਗੱਲ ਮੰਨੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਕਿ ਭਾਈ नक्सਲੀ ਚਲਾ ਰਹੇ ਨੇ ਤਾਂ ਜੇ नक्सਲੀ ਚਲਾ ਰਹੇ ਆ ਤੁਹਾਨੂੰ ਪਤਾ ਥੋੜੀ ਕੇਂਦਰ ਦੇ ਵਿੱਚ ਸਰਕਾਰਾਂ ਚੱਕ ਕੇ ਅੰਦਰ ਦੇ ਦਿਓ ਜੇ ਕਾਨੂੰਨਨ ਤੌਰ ਤੇ ਗਲਤ ਆ ਤਾਂ ਹਮਮ ਜਾਨੀ ਇੱਕ ਪਾਸੇ ਇੱਕ ਅੰਦੋਲਨ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ਤੇ ਚੱਲਦਾ ਉਹ ਕਿਤੇ ਜੰਗਲ 'ਚ ਨਹੀਂ ਚੱਲ ਰਿਹਾ ਉਹ ਕਿਤੇ ਲੋਕੇ ਨਹੀਂ ਚੱਲ ਰਿਹਾ ਸ਼ਰੇਆਮਿਆਂ ਸਾਹਮਣੇ ਆ ਜਾਨੀ ਜਾਣ ਤਾਂ ਕਹੋ ਨਾ ਕਿ ਜੇ ਉਹ नक्सਲੀ ਚਲਾ ਰਹੇ ਤੁਸੀਂ ਇਲਜ਼ਾਮ ਲਾਉਨੇ ਹੋ ਤਾ ਫਿਰ ਉਹਨਾਂ ਦੇ ਉੱਤੇ ਕੋ ਪਰਚਾ-ਪੁਰਚਾ ਕਰਕੇ ਜੋ ਵੀ ਜੇ ਭਾਰਤ ਦੇ ਸੰਵਿਧਾਨ ਦੇ ਉਲਟ ਨਹੀਂ ਕਾਨੂੰਨ ਦੇ ਉਲਟ ਨਹੀਂ ਤਾਂ ਚੱਕ ਕੇ ਅੰਦਰ ਕਰ ਦਿਓ ਉਹ ਬੰਦੇ ਤਾਂ ਸ਼ਰਿਆਮ ਨੇ ਸਾਰੇ ਦੇਸ਼ ਦੇ ਵਿੱਚ ਜਾਂਦੇ ਆ ਪ੍ਰਚਾਰ ਵੀ ਕਰਦੇ ਆ ਰੈਲੀਆਂ ਵੀ ਕਰਦੇ ਆ ਸਭ ਕੁਝ ਕਰਦੇ ਆ ਤੇ ਆਪਾਂ ਕਹੀ ਜਾਂਦੇ ਕਿ ਨਕਸਲੀ ਆ ਦੇਸ਼ ਵਿਰੋਧੀ ਆ ਭਾਈ ਜੇ ਦੇਸ਼ ਵਿਰੋਧੀ ਆ ਹੁਣ ਤਾਂ ਸੁੱਖ ਨਾ ਕਾਨੂੰਨ ਬੜੇ ਸਖਤ ਆ ਜੀ ਪਰ ਜਿਹੜੀ ਗੱਲ ਤੇ ਬੌੜਾ ਧਿਆਨ ਦੇਣ ਦੀ ਲੋੜ ਆ ਵੀ ਅਜੇ ਸਰਕਾਰ ਬਣੀ ਨਹੀਂ ਬਣਨ ਦੀ ਆਸ ਵੀ ਕੋਈ ਨਹੀਂ ਪਰ ਉਹਨਾਂ ਮੁਤਾਬਕ ਕਿ 117 ਦੀ 117 ਸੀਟਾਂ ਜਿੱਤ ਕੇ ਤੇ ਬੀਜੇਪੀ ਨੇ ਇੱਕ ਦਲਿਤ ਚੇਰੀ ਨੂੰ ਅੱਗੇ ਕਰਕੇ ਮੁੱਖ ਮੰਤਰੀ ਬਣਾ ਲੈਣਾ ਤੇ 2022 ਤੋਂ ਬਾਅਦ ਬਹੁਮਤ ਦੇ ਨਾਲ ਬੀਜੇਪੀ ਦੀ ਪੰਜਾਬ 'ਚ ਸਰਕਾਰ ਹੋਣੀ ਹੈ ਜਿਹਦੇ 'ਚ ਉਹਨਾਂ ਨੇ ਬਹਿ ਜਾ ਬਹਿ ਜਾ ਕਰਾ ਦਿੱਤਾ ਇਹ ਉਹਨਾਂ ਦਾ ਸੁਪਨਾ ਜਾਂ ਸਟੇਟਮੈਂਟ ਹੈ ਪਰ ਉਹਦੇ 'ਚ ਖਾਹਿਸ਼ਾਂ ਉਮੀਦਾਂ ਤੇ ਇਹ ਹੋ ਗਿਆ ਨਾ ਵੀ ਜਦੋਂ ਇੱਕ ਵਾਰ ਸਾਡੀ ਸਰਕਾਰ ਆ ਗਈ ਫਿਰ ਅਸੀਂ ਪੁਲਿਸਾਂ ਨੂੰ ਡੰਡਾ ਫੇਰਾਂਗੇ ਤੁਹਾਨੂੰ ਇਹ ਸ਼ੋਅ ਆ ਮੈਨੂੰ ਸੰਧਾ ਵਾਲੀਆ ਸਭ ਬੜੀ ਅਜੀਬ ਗੱਲ ਲੱਗੀ ਕਿ ਉਹਨਾਂ ਨੇ ਕਿਹਾ ਕਿ ਜਿੱਦਾਂ ਪਹਿਲਾਂ ਪੰਜਾਬ ਪੁਲਿਸ ਨੇ ਕਾਰਵਾਈਆਂ ਕੀਤੀਆਂ ਸੀ ਹੁਣ ਵੀ ਚਲੋ ਜੇ ਦੇਖੋ ਥਾਣਾ ਉਹਨਾਂ ਦੇ ਲਈ ਵੀ ਖੁੱਲ੍ਹਾ ਅਦਾਲਤਾਂ ਉਹਨਾਂ ਦੇ ਲਈ ਵੀ ਖੁੱਲੀਆਂ ਆ ਯਾਨੀ ਜੇ ਇਹ ਨਹੀਂ ਸੁਣਦੇ ਰਾਜਪਾਲ ਸਾਹਿਬ ਦਾ ਦਰਵਾਜ਼ਾ ਤਾਂ ਉਹਨਾਂ ਦੇ ਲਈ ਖੁੱਲ੍ਹਾ ਹੀ ਆ ਯਾਨੀ ਜੇ ਕੋਈ ਨਹੀਂ ਗੱਲ ਸੁਣਦਾ ਪਿਛਲੇ ਦਿਨ ਵੀ ਬੀਜੇਪੀ ਦਾ ਵਫਦ ਗਿਆ ਸੀ ਕਿ ਡੀਜੀਪੀ ਸਾਹਿਬ ਨੂੰ ਸਿੱਧਾ ਆਖੋ ਯਾਨੀ ਜੇ ਕੁਝ ਗਲਤ ਹੋ ਰਿਹਾ ਤਾਂ ਘਰੇਵਾਲ ਸਾਹਿਬ ਸਬੂਤ ਦੇ ਕੇ ਕੰਮ ਕਰਾ ਦਿਓ ਹਨਾ ਫਿਰ ਆਪਾਂ ਕੱਲੀ ਪ੍ਰੈਸ ਦੇ ਵਿੱਚ ਬਿਆਨਕਾਤੋ ਦੇਣਾ ਤੇ ਦੂਸਰਾ ਜਿਹੜਾ ਉਹਨੇ ਕਿਹਾ ਕਿ ਭਾਈ ਆਮ ਕਿਸਾਨਾਂ ਦੇ ਨਾਲ ਆ ਮੈਂ ਵੀ ਕਹਿੰਦੇ ਕਿਸਾਨ ਆ ਮੇਰੇ ਖੇਤ ਨੇ ਮੇਰਾ ਝੋਨਾ ਪੱਟਿਆ ਗਿਆ ਕੋਈ ਗੱਲ ਨਹੀਂ ਕਿਸਾਨ ਆ ਮੈਂ ਕਿਸਾਨਾਂ ਦੇ ਖਿਲਾਫ ਗੱਲ ਅੰਦੋਲਨ ਚੱਲ ਰਿਹਾ ਅੰਦੋਲਨ ਨੂੰ ਮਿਸਲੀਡ ਕਰ ਰਹੇ ਨੇ ਉਹ ਕਹਿੰਦੇ ਕਿ ਕੁਝ ਲੋਕ ਮਿਸਗਾਈਡ ਕਰ ਰਹੇ ਨੇ ਕਮਾਲ ਹੋ ਗਈ ਹੈ ਪਰ ਹੁਣ ਗਰੇਵਾਲ ਸਾਹਿਬ ਦਾ ਜਦੋਂ ਬਿਆਨ ਆਦਾ ਤਾਂ ਉਧਰੋਂ ਕਈ ਕਿਸਾਨ ਲੀਡਰ ਮੁੜ ਕੇ ਕਹੀ ਤੇ ਦਿੰਗੇ ਯਾਰ ਉਹਨਾਂ ਦੀ ਗੱਲ ਨਾ ਪੁੱਛਿਆ ਕਰੋ ਕੋਈ ਹੋਰ ਗੱਲ ਕਰੋ ਮੈਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਹੁਣ ਮੈਨੂੰ ਤਾਂ ਐ ਲੱਗਦਾ ਸੀ ਕਿ ਜਿੰਨਾ ਗਰੇਵਾਲ ਸਾਹਿਬ ਨੇ ਸਟੈਂਡ ਲਿਆ ਕੇంద్ర ਸਰਕਾਰ ਦੇ ਹੱਕ ਜਾਂ ਮੰਤਰੀ ਮੰਡਲ 'ਚ ਵਾਅਦਾ ਹੋਇਆ ਹੈ ਕਿ ਤੇ ਮੰਤਰੀ ਨਿਵਾ ਦਿੰਦੇ ਹੋ ਨਹੀਂ ਨਹੀਂ ਕੁਛ ਨਾ ਕੁਛ ਤਾਂ ਹੋ ਹੀ ਗਈ ਦੇਖੋ ਹੁਣ ਮੰਤਰੀ ਨਾਮ ਬਣਨ ਕੱਲ ਨੂੰ ਜੇ ਪੰਜਾਬ 'ਚ ਮੰਨ ਲਓ ਬੀਜੇਪੀ ਦੀ ਸਰਕਾਰ ਬਣਦੀ ਮੈਂ ਵਾਰ-ਵਾਰ ਤਾਂ ਕਹਿ ਰਿਹਾ ਵੀ ਕਿਸੇ ਵੇਲੇ ਅਗਲੇ ਬੰਦੇ ਗੁੱਸਾ ਕਰ ਲੈਂਦੇ ਵੀ ਯਾਰ ਇਦਾਂ ਕਿਦਾਂ ਤੁਸੀਂ ਕਿਨੇ ਸਾਡੀ ਸਰਕਾਰ ਬਣਾਈ ਮੈਂ ਕਹਿੰਦਾ ਬਣਨੀ ਜੀ ਇਹ ਵਦੋ ਉਦੋਂ ਕੋਈ ਕੈਬਨਿਟ ਮਨਿਸਟਰੀ ਨਹੀਂ ਉਹਨਾਂ ਦੇ ਕੋਲ ਹੋਣੀ ਪਰ ਚਲੋ ਜੋ ਵੀ ਹੋਣਾ ਮੈਂ ਸਿਰਫ ਇਹ ਕਹਿੰਨਾ ਵੀ ਯਾਰ ਇੱਕ ਜਿਹੜੀ ਸਵਹਿਰਦਾ ਹੁੰਦੀ ਆ ਆਪਣੇ ਲੋਕਾਂ ਦੇ ਨਾਲ ਵੀ ਮੰਨ ਲਓ ਯਾਰ ਅਗਲਾ ਬੰਦਾ ਦੁਖੀ ਹੈ ਉਹ ਫੇਰ ਹੀ ਟੀ ਚੀਕਾ ਮਾਰਦਾ ਟਾਰਾ ਮਾਰਦਾ ਹੁਣ ਕਿਹਦਾ ਜੀ ਕਰਦਾ ਵੀ ਯਾਰ ਉਥੇ ਗਰਮੀ ਧੁੱਪ ਸਿਆਲ ਘਰੋਂ ਨਿਕਲਿਆ ਕਿਨੇ ਕਿਨੇ ਆਪਾਂ ਬਜ਼ੁਰਗ ਵੇਖੇ ਵੀ ਮਹੀਨਿਆਂ ਬੱਧੀ ਹੋ ਗਏ ਉਥੇ ਬੈਠੇ ਨੂੰ ਕਈ ਵਿਚਾਰੇ ਤ ਕੀ ਦਾ ਜੀ ਕਰਦਾ ਯਾਰ ਵਟਸਐਪ ਸਾਡ ਕਿਤੇ ਬੈਠ ਸੰਧਾਲੀਆ ਸਾਹਿਬ ਮੈਂ ਇੱਕ ਹੋਰ ਕਹਿਣਾ ਮੈਂ ਕਹਿਣਾ ਕਿ ਚਲੋ ਠੀਕ ਹੈ ਉਹ ਕਿਸਾਨ ਤਾਂ ਐਵੇਂ ਹੀ ਕਹਿੰਦੇ ਹੋਣਗੇ ਅਨਿਲ ਚੋਸ਼ੀ ਭਾਜਪਾ ਦੇ ਹੀ ਲੀਡਰ ਨੇ ਇਹਨਾਂ ਦੇ ਨਾਲ ਹੀ ਰਹੇ ਆ ساری ਉਮਰ ਜਦੋਂ ਦੇ ਇਹ ਭਾਜਪਾ 'ਚ ਨੇ ਉਹ ਵੀ ਨੇ ਉਹ ਮੰਤਰੀ ਵੀ ਰਹਿਏ ਵਿਧਾਇਕ ਵੀ ਰਹਿ ਸੱਤਾ 'ਚ ਵੀ ਰਹਿ ਵਿਰੋਧੀ ਧਿਰ 'ਚ ਵੀ ਰਹਿ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਜੀ ਉਹ ਗਰੇਵਾਲ ਸਾਹਿਬ ਫਿਰ ਤੁਹਾਡੇ ਬਾਰੇ ਕਈ ਕੁਝ ਬੋਲਦਿਆ ਗਰੇਵਾਲ ਸਾਹਿਬ ਤਾਂ ਐਂ ਕਹਿੰਦੇ ਆ ਤੁਸੀਂ ਐ ਕਿਨੇ ਉਹ ਕਹਿੰਦੇ ਯਾਰ ਗੱਲ ਸੁਣੋ ਕਈ ਬੰਦਿਆਂ ਨੂੰ ਨਾ ਇਸੇ ਗੱਲ ਦੇ ਵਿੱਚ ਫਾਇਦਾ ਕਿ ਲੜਾਈ ਚੱਲਦੀ ਰਹੇ ਤਾਂ ਸਾਡੀ ਬੱਲੇ ਬੱਲੇ ਆ ਵੈਸੇ ਵੀ ਤੁਸੀਂ ਦੇਖੋ ਕਿ ਜਿੰਨੇ ਗਰੇਵਾਲ ਸਾਹਿਬ ਮੀਡੀਆ ਦੇ ਵਿੱਚ ਹੁਣ ਉਭਰੇ ਆ ਕਿਸਾਨੀ ਅੰਦੋਲਨ ਤੋਂ ਬਾਅਦ ਉਹਨਾਂ ਦੇ ਬਿਆਨਾਂ ਤੋਂ ਬਾਅਦ ਪਹਿਲਾਂ ਕਦੇ ਵੀ ਇੰਨਾ ਨਹੀਂ ਸੀ ਉਭਰੇ ਹਰਜੀਤ ਸਿੰਘ ਗਰੇਵਾਲ ਸਾਹਿਬ ਨੂੰ ਲੋਕ ਜਾਣਦੇ ਸੀ ਪਰ ਇੰਨਾ ਨਹੀਂ ਸੀ ਜਾਣਦੇ ਹੁਣ ਕਿਸਾਨ ਆਖਣ ਤਾਂ ਗੱਲ ਵੱਖਰੀ ਐ ਅਨਿਲ ਜੋਸ਼ੀ ਉਹਨਾਂ ਦੀ ਪਾਰਟੀ 'ਚ ਹੀ ਨੇ ਪਾਰਟੀ ਟਿਕਟ ਦਿੰਦੀ ਸੀ ਪਾਰਟੀ ਨੇ ਹੀ ਮੰਤਰੀ ਬਣਾਇਆ ਸੀ ਨਾ ਆਪਣੇ ਕੋਟੇ ਦੇ ਵਿੱਚੋਂ ਜਦੋਂ ਗਰੇਵਾਲ ਸਾਹਿਬ ਬਾਰੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਇਹ ਸੀ ਕਿ ਕਈ ਬੰਦਿਆਂ ਨੂੰ ਇਹ ਆ ਕਿ ਮਸਲੇ ਨੂੰ ਹਵਾ ਮਿਲਦੀ ਰਹੇ ਲੜਾਈ ਚੱਲਦੀ ਰਹੇ ਕਿਸੇ ਪਾਸੇ ਲੱਗੇ ਨਾ ਉਹਨਾਂ ਦੀ ਲੀਡਰੀ ਕਹਿੰਦੇ ਉਹਦੇ ਵਿੱਚੋਂ ਉੱਪਰ ਕੇ ਰੋਸ਼ਨੀ ਦੇ ਵਿੱਚ ਆਉਂਦੀ ਹੈ ਹੁਣ ਇਹ ਸਵਾਲ ਦਾ ਜਵਾਬ ਵੀ ਤਾਂ ਗਰੇਵਾਲ ਸਮਝਣਾ ਚਾਹੀਦਾ ਉਹਨਾਂ ਦੀ ਪਾਰਟੀ ਦੇ ਬੰਦੇ ਨੇ ਬਾਹਰੋਂ ਤਾਂ ਕਹੇ ਨਹੀਂ ਨਹੀਂ ਪਰ ਉਹਨਾਂ ਨੂੰ ਤਾਂ ਕਹਿ ਚੁੱਕੇ ਨਾ ਵੀ ਇਹਨਾਂ ਅਨੁਸ਼ਾਸਨਹੀਨਤਾ ਕੀਤੀ ਭੰਗ ਕੀਤਾ ਅਨੁਸ਼ਾਸਨ ਹਾਂਜੀ ਹਾਂਜੀ ਇਹ ਅਨੁਸ਼ਾਸਨ ਚ ਨਹੀਂ ਆਈ ਹੁਣ ਜਿਹੜਾ ਬੰਦਾ ਅਨੁਸ਼ਾਸਨ ਚ ਹੈ ਹੀ ਨਹੀਂ ਉਹ ਕਿਵੇਂ ਸਟੇਟਮੈਂਟ ਦਿਆਦਾ ਪਰ ਜਿਹੜਾ ਜਵਾਬ ਹੈ ਹੁਣ ਚਲੋ ਗੱਲ ਤੋਰੀ ਪਈ ਹੈ ਜੋਸ਼ੀ ਸਾਹਿਬ ਨੇ ਦਿੱਤਾ ਵੀ ਯਾਰ ਤੁਸੀਂ ਆਪ ਕਹਿੰਦੇ ਹੋ ਵੀ ਸਰਕਾਰ ਕਿਸਾਨਾਂ ਦੀ ਆਪ ਤੁਸੀਂ ਕਹਿੰਦੇ ਹੋ ਵੀ ਕਿਸਾਨਾਂ ਦੀ ਹਿੰਦੂ ਸਾਲਾਂ ਚ ਇਨਕਮ ਡਬਲ ਕਰਨੀ ਹੈ ਆ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਨਾ ਤਾਂ ਇੰਨਾ ਫਾਇਦਾ ਹੋ ਜਣਾ ਵੀ ਮਾੜੇ ਤੋਂ ਮਾੜਾ ਕਿਸਾਨ ਉਹਨੇ ਖੜਾ ਵੀ ਲੈ ਮੈਂ ਤਾਂ ਕਰੋੜਪਤੀ ਯਾਰ ਹੁਣ ਬਾਹਰਲੀ ਕਿਸੇ ਬੈਂਕ ਚ ਪੈਸੇ ਜਮ੍ਹਾਂ ਕਰਾਈਏ ਹੁਣ ਜੇ ਤੁਸੀਂ ਇੰਨਾ ਕੁਝ ਕਰ ਰਹੇ ਹੋ ਉਹਨਾਂ ਕਿਸਾਨਾਂ ਲਈ ਕਰ ਰਹੇ ਹੋ ਤੇ ਮੈਂ ਵੀ ਤੇ ਉਹਨਾਂ ਕਿਸਾਨਾਂ ਦੇ ਹੱਕ ਚ ਸਟੇਟਮੈਂਟ ਦਤੀ ਇਹਦੇ ਚ ਅਨੁਸ਼ਾਸਨ ਕਿੱਦਾਂ ਭੰਗ ਹੋ ਗਿਆ ਸੰਧਾਲੀਆ ਸਭ ਕਿਉਂਕਿ ਜੇਸ ਦਿਨ ਅਸ਼ਵਨੀ ਸ਼ਰਮਾ ਸਾਹਿਬ ਦੇ ਕਹੇ ਦੇ ਉੱਤੇ ਜਨ ਸਕੱਤਰ ਭਾਜਪਾ ਪੰਜਾਬ ਜਿਹੜੇ ਆ ਉਹਨਾਂ ਨੇ ਉਨਾ ਨੂੰ ਅਨੁਸ਼ਾਸਨਹੀਣਤਾ ਦਾ ਨੋਟਿਸ ਭੇਜਿਆ ਕਿ 48 ਘੰਟੇ ਜਵਾਬ ਦਿਓ ਪਹਿਲੀ ਗੱਲ ਸੀ ਕਿ ਬਹੁਤੇ ਲੋਕਾਂ ਨਾਲ ਜੋਸ਼ੀ ਸਾਹਿਬ ਨੇ ਜਵਾਬ ਜੂਰ ਨਹੀਂ ਦੇਣਾ ਬਿਆਨ ਦੇ ਦੇਣਾ ਉਹਨਾਂ ਨੇ ਬਿਆਨ ਦਿੱਤਾ ਇਹ ਕਿ ਮੈਂ ਜਵਾਬ ਦਵਾਂਗਾ ਦੋ ਸਫ਼ੇ ਲਿਖ ਕੇ ਭੇਜੇ ਦੋ ਸਫ਼ੇ ਨਹੀਂ ਤਾਂ ਦੋ ਲਾਈਨਾਂ ਬਲਿਖ ਕੇ ਮੈਂ ਕੋਈ ਅਨੁਸ਼ਾਸਨਹੀਣਤਾ ਨਹੀਂ ਕੀਤੀ ਮੈਂ ਕੋਈ ਪਾਰਟੀ ਦਾ ਕਾਨੂੰਨੀ ਭੰਗ ਨਹੀਂ ਕੀਤਾ ਮੈਂ ਪਾਰਟੀ ਦਾ ਵਫਾਦਾਰ ਬੰਦਾ ਹਾਂ ਪਰ ਉਹ ਦੋ ਸਫ਼ਿਆਂ ਜਿਹਨਾਂ ਨੇ ਲਿਖਿਆ ਕੀ ਉਹ ਕਹਿੰਦੇ ਪਹਿਲੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਜਿਹੜੀ ਹੈ ਨਾ ਜਿਉਂ ਨਾ ਨੇ ਸਮੇਂ ਸਿਰ ਕੇਂਦਰ ਸਰਕਾਰ ਨੂੰ ਤੇ ਹਾਈ ਕਮਾਂਡ ਨੂੰ ਸਹੀ ਸਥਿਤੀ ਦੱਸੀ ਹੁੰਦੀ ਤਾਂ ਇਹ ਅੰਦੋਲਨ ਉਦੋਂ ਛੋਟਾ ਸੀ ਉੱਥੇ ਸਮਝੌਤਾ ਹੋ ਸਕਦਾ ਹੈ ਕਿਸਾਨ ਵੀ ਖੁਸ਼ ਤੇ ਲੀਡਰਸ਼ਿਪ ਵੀ ਖੁਸ਼ ਇਹਨਾਂ ਨੇ ਦੱਸਿਆ ਨਹੀਂ ਜਦੋਂ ਬਹੁਤ ਅੰਦੋਲਨ ਫੈਲ ਗਿਆ ਇਹਨਾਂ ਦੇ ਬੱਸੋਂ ਬਾਹਰ ਹੋ ਗਿਆ ਫਿਰ ਰੌਲਾ ਪਾਉਂਦੇ ਉਹਨਾਂ ਨੇ ਪੰਜ ਸਵਾਲ ਕਰਤੇ ਉਹ ਕਹਿੰਦੇ ਮੈਂ ਇੱਕ ਪਾਰਟੀ ਦੇ ਖਿਲਾਫ ਨਹੀਂ ਬੋਲਿਆ ਪਾਰਟੀ ਦੇ ਕਿਸੇ ਲੀਡਰ ਦੇ ਖਿਲਾਫ ਨਹੀਂ ਬੋਲਿਆ ਕੋਈ ਅਨੁਸ਼ਾਸਨਹੀਣਤਾ ਨਹੀਂ ਕੀਤੀ ਹੁਣ ਉਹਨਾਂ ਨੇ ਪੰਜ ਸਵਾਲ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਰਤੇ ਉਹ ਕਹਿੰਦੇ ਪਹਿਲੀ ਗੱਲ ਕਿਸਾਨ ਪੰਜਾਬ ਦੇ ਵਸਿੰਦੇ ਆ ਨਾਗਰਿਕਾ ਸਾਡੀ ਪਾਰਟੀ ਦੇ ਨਾਲ ਰਹੇ ਆ ਜੇ ਮੈਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ 'ਚ ਬੋਲਿਆ ਤਾਂ ਪਾਰਟੀ ਦਾ ਅਨੁਸ਼ਾਸਨ ਕਿੱਦਾਂ ਭੰਗ ਦੂਸਰਾ ਉਹ ਕਹਿੰਦੇ ਖੇਤੀ ਦੇ ਨਾਲ ਵਪਾਰੀ ਜੁੜਿਆ ਖੇਤੀ ਦੇ ਨਾਲ ਆੜਤੀਆ ਜੁੜਿਆ ਖੇਤੀ ਦੇ ਨਾਲ ਮੁਨੀਮ ਜੁੜਿਆ ਖੇਤੀ ਦੇ ਨਾਲ ਦੁਕਾਨਦਾਰ ਜੁੜਿਆ ਖੇਤੀ ਦੇ ਨਾਲ ਪੱਲੇਦਾਰ ਜੁੜਿਆ ਜੇ ਮੈਂ ਇਸ ਵਪਾਰੀ ਵਰਗ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤਾਂ ਅਨੁਸ਼ਾਸਨਹੀਣਤਾ ਕਿੱਦਾਂ ਤੀਸਰਾ ਉਹ ਕਹਿੰਦੇ ਪ੍ਰਧਾਨ ਸਾਹਿਬ ਤੁਹਾਡੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਕਿਰ ਕਰਕੇ ਛੋਟੀ ਹੋਈ ਜਾਂਦੀ ਰੋਜ਼ ਕੋਈ ਨਾ ਕੋਈ ਲੀਡਰ ਕਿਰ ਜਾਂਦਾ ਮੈਂ ਤਾਂ ਇਸ ਕਰਕੇ ਔਖਾ ਸੌਖਾ ਸਰਗਰਮ ਹੋ ਰਿਹਾ ਕਿ ਪਾਰਟੀ ਨੂੰ ਕਿਰਨੋ ਬਚਾਲਮਾ ਚਾਰ ਬੰਦੇ ਜਿਹੜੇ ਰਹਿ ਗਏ ਉਹਨੂੰ ਬਚਾ ਲਈਏ ਅਗਲੀ ਗੱਲ ਵੀ ਕਹਤੀ ਉਹ ਕਹਿੰਦੇ ਥੋੜੇ ਪਾਰਟੀ ਦੇ ਬੰਦਿਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇ ਅਗਲੇ ਜਿੱਥੇ ਜਾਂਦੇ ਆ ਵਿਰੋਧ ਹੁੰਦਾ ਮੈਂ ਤਾਂ ਚਾਹੁੰਦਾ ਕਿ ਭਾਈਚਾਰਾ ਕਾਇਮ ਰਹੇ ਆਪਾਂ ਸਰਗਰਮੀ ਕਰ ਸਕੀਏ ਮੈਂ ਤਾਂ ਤਾਂ ਬੋਲਿਆ ਤੇ ਜੇ ਇਹ ਚਾਰੇ ਪੰਜੇ ਗੱਲਾਂ ਗਲਤ ਨੇ ਤਾਂ ਫਿਰ ਮੈਨੂੰ ਦੱਸ ਦਿਓ ਜੇ ਪੰਜਾਬ ਦੇ ਲੋਕਾਂ ਦੇ ਹੱਕ 'ਚ ਬੋਲਣਾ ਗਨਾਹ ਹੋ ਗਿਆ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿੰਦੇ ਅਸੀਂ ਉન્નਤੀ ਕਰਨੀ ਹੈ ਜੇ ਉਹਨਾਂ ਦੇ ਹੱਕ ਚ ਬੋਲਣਾ ਕਿ ਨਾ ਹੋ ਗਿਆ ਤਾਂ ਫਿਰ ਤੱਕ ਨਾ ਪਾਈ ਕੀਤਾ ਪਰ ਸਵਾਲਾਂ ਦੇ ਜਵਾਬ ਦਿਓ ਸਲਾਹਕਾਰ ਸਾਹਿਬ ਦੇ ਜਿਹੜੇ ਪੀ ਹੋਣਗੇ ਨਾ ਇਸਨੀ ਸ਼ਰਮਾ ਜੀ ਦੇ ਉਹਨਾਂ ਜਾ ਕੇ ਚਿੱਠੀ ਜ਼ਰੂਰ ਫੜਾ ਲੈਣ ਸਰ ਆ ਆ ਗਿਆ ਜੀ ਉਹਨਾਂ ਦਾ ਜਵਾਬ ਆ ਗਿਆ ਜੀ ਨੋਟਿਸ ਉੱਪਰ ਰੱਖ ਦੇ ਉੱਥੇ ਪਤਾ ਮੈਨੂੰ ਨੇ ਕੀ ਕਿਹਾ ਹੋਣਾ ਉਹ ਨਹੀਂ ਕਰ ਲੀਨੇ ਗੱਲ ਹੁਣ ਮੇਰਾ ਹੋਣਾ ਦਿੱਲੀ ਫੋਨ ਮੈਂ ਫਿਰ ਵੇਖਦਾ ਮਤਲਬ ਜੇ ਤੇ ਐਟੀਟਿਊਡ ਇਹੀ ਰੱਖਣਾ ਮੈਨੂੰ ਨਹੀਂ ਪਤਾ ਵੀ ਇਦਾਂ ਹੈਗਾ ਜਾਂ ਨਹੀਂ ਹੈਗਾ ਪਰ ਲੱਗਦਾ ਤੇ ਇਹੀ ਆ ਪਿਛਲੇ ਸਮੇਂ ਦੇ ਬਿਆਨਾਂ ਤੋਂ ਤਾਜ਼ਾ-ਤਾਤਾ ਬਿਆਨ ਜਿਹੜਾ ਹੈ ਜਿਹਨੂੰ ਉਹਦੇ ਤੋਂ ਤੇ ਇਹੀ ਕਲੀਅਰ ਯਾਦ ਆ ਵੀ ਕੁੱਲ ਮਿਲਾ ਕੇ ਜਿਵੇਂ ਵੀ ਹੈਗਾ ਮਾਹੌਲ ਚੱਲ ਉਹ ਤੇ ਜੋ ਇਹ ਕਹਿੰਦੇ ਵੀ ਭਾਈ ਸਾਹਿਬ ਜੋ ਉੱਪਰੋਂ ਹੁਕਮ ਹੈ ਉਹੀ ਵਜਾਉਣਾ ਹੈ ਆਪਾਂ ਨੂੰ ਦਿਸਣ ਨੂੰ ਹੀ ਡਿਆ ਭਾਵੇਂ ਵੀ ਕੁਝ ਨਹੀਂ ਬਚਿਆ ਇੱਕ ਕਹਿੰਦਾ ਵੀ ਉਹ ਮੰਜਾ ਭਾਈ ਸਾਹਿਬ ਢਿੱਲਾ ਯਾਰ ਇਹਨੂੰ ਕੱਸ ਲੋ ਇਹ ਇਹ ਖਤਮ ਹੋ ਜਾਣਾ ਆਹ ਦੇਖੋ ਪੈ ਦਾ ਇਥੋਂ ਰੱਸੀ ਟੁੱਟਣ ਵਾਲੀ ਇਹ ਟੁੱਟ ਜਾਣੀ ਕੰਮ ਗਿਆ ਲਓ ਉਹ ਕਹਿੰਦਾ ਨਾ ਉੱਪਰੋਂ ਆਰਡਰ ਹੈ ਵੀ ਇਹਦੇ ਨਾਲ ਦਾ ਮੰਜਾ ਕੋਈ ਨਹੀਂ ਚੁੱਪ ਕਰਕੇ ਪੈ ਜਾ ਭਾਵੇਂ ਚੋਕੀ ਪੈ ਜੇ ਡੰਡਾ ਪਾ ਦਿਓ ਵਿੱਚ ਦੌਣ ਯਾ ਇਹ ਨਾ ਵੀ ਆਹੀ ਸਹੀ ਆ ਆਹੀ ਸਹੀ ਆ ਆ ਵੀ ਆਪਣੀ ਦਰੀ ਛਾੜ ਕੇ ਕਈ ਜਣਾ ਨਵੀਂ ਲੈਂਦੀ ਹੈ ਜੇ ਹੁਣੇ ਪਹਿਲੀ ਰਿਸ਼ਾਈ ਕੋਰੀਆ ਕੋਰੀ ਉਹ ਕੋਰੀ ਕਹੀ ਜਾਂਦੇ ਆ ਹੁਣ ਸੰਧਾਲੀਆ ਸਭ ਨਾਲ ਲੱਗਦੀ ਗੱਲ ਆਪਾਂ ਜੇ ਖੇਤੀਬਾੜੀ ਦੀ ਭਾਜਪਾ ਦੀ ਤੁਰੀ ਆ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਕਰ ਲਈ ਆਪਾਂ ਕੱਲ ਕਿਹਾ ਸੀ ਕਿ 1 ਲੱਖ ਕਰੋੜ ਰੁਪਈਆ 1 ਲੱਖ ਰੁਪਈਆ ਨਹੀਂ 1 ਕਰੋੜ ਰੁਪਈਆ ਨਹੀਂ 1 ਲੱਖ ਕਰੋੜ ਯਾਨੀ ਲੱਖ ਵਾਰੀ ਕਰੋੜ ਕਰੋੜ ਹੋਏ ਹੋਏ ਇੰਨੇ ਪੈਸੇ ਇਹ ਤਾਂ ਆਪਾਂ 100 100 ਗਿਣਦੇ ਤਾਂ ਕਰੋੜ ਕਰੋੜ ਗਹਿਣਾ ਹੈ 1 ਕਰੋੜ ਹਾਂ ਇੱਕ ਲੱਖ ਵਾਰੀ ਇੰਨੇ ਰੁਪਈਏ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਤੋਂ ਬਾਅਦ ਕੇਂਦਰ ਸਰਕਾਰ ਨੇ ਅਨਾਉਂਸ ਕੀਤੇ ਕਿ ਅਸੀਂ ਢਾਂਚਾਗਤ ਖੇਤੀ ਦੇ ਵਿਕਾਸ ਦੇ ਲਈ ਯਾਨੀ ਐਗਰੀਕਲਚਰ ਸੈਕਟਰ ਹੈ ਖੇਤੀਬਾੜੀ ਹੈ ਉਹਦੇ ਢਾਂਚਾਗਤ ਵਿਕਾਸ ਦੇ ਲਈ ਇੰਨੇ ਪੈਸੇ ਮੰਡੀਆਂ ਦੇ ਰਾਹੀਂ ਖਰਚਣੇ ਆ ਠੀਕ ਹੈ ਦੇਣੇ ਆ ਬਹੁਤ ਸੋਹਣੀ ਗੱਲ ਹੈ ਇਹਦੇ ਤੋਂ ਵਧੀਆ ਕੀ ਹੋ ਸਕਦਾ ਮੰਡੀਆਂ ਮਜ਼ਬੂਤ ਹੋਣ ਕਿਸਾਨ ਉੱਥੇ ਫਸਲ ਲੈ ਕੇ ਆਵੇ ਤਾਂ ਵਿਕੇ 1 ਲੱਖ ਕਰੋੜ ਰੁਪਈਆ ਤਾਂ ਬਹੁਤ ਹੁੰਦਾ ਪੰਜਾਬ ਤੇ ਯੂਪੀ ਚ ਚੋਣਾ ਕਿਸਾਨੀ ਬਹੁਤ ਵੱਡੀ ਦੋਨਾਂ ਸੂਬਿਆਂ ਚ ਹੈਗੀ ਐ ਸੰਯੁਕਤ ਕਿਸਾਨ ਮੋਰਚੇ ਦੀ ਸਟੇਟਮੈਂਟ ਆ ਗਈ ਉਹ ਕਹਿੰਦੇ ਪਹਿਲੀ ਗੱਲ ਇਹ ਪੈਸੇ ਕਰਜ਼ੇ ਦੇ ਰੂਪ ਚ ਦਿੱਤੇ ਜਾਣੇ ਆ ਦੂਸਰੀ ਗੱਲ ਕਿ ਕਿਸਾਨ ਨੂੰ ਕਰਜ਼ਾ ਦਿਓ ਨਾ ਉਹਨੂੰ ਕਰਜ਼ੇ ਤੋਂ ਬਾਹਰ ਕੱਢੋ ਕਰਜ਼ੇ ਤੋਂ ਮੁਕਤ ਕਰੋ ਤੁਸੀਂ ਉਹਨੂੰ ਕਰਜ਼ਾ ਦੇ ਦੇਣਾ ਲਾਊਗਾ ਕਿਥੋਂ ਫਸਲ ਤਾਂ ਵਿਕਦੀ ਨਹੀਂ ਪੂਰਾ ਮੁੱਲ ਤਾਂ ਮਿਲਦਾ ਨਹੀਂ ਤੁਸੀਂ 60% ਤੋਂ ਵੱਧ ਕਣਕ ਵੀ ਹੈ ਕਿ ਸਮਰਥਨ ਮੁੱਲ ਤੋਂ ਘੱਟ ਮੁੱਲ ਤੇ ਖਰੀਦੀ ਹੈ ਹੂੰ ਤੇ ਕਿਸਾਨ ਨੂੰ ਕਰਜ਼ਾ ਦੇ ਤਾਂ ਵਾਪਸ ਕਿਤੇ ਜ਼ਮੀਨਾਂ ਵਿਕਣਗੀਆਂ ਲਊਗਾ ਕੌਣ ਜੇ ਕਿਸਾਨ ਥੱਲੇ ਜਾ ਰਿਹਾ ਕਿਸਾਨ ਤਾਂ ਨਹੀਂ ਲਊਗਾ ਕੋਈ ਹੋਰ ਲਊਗਾ ਦੂਸਰੀ ਗੱਲ ਉਹਨੇ ਕਹਤੀ ਕਹਿੰਦੇ ਜਿਹੜੀਆਂ ਸ਼ਰਤਾਂ ਸੌਦਾ ਕੀਤੀਆਂ ਗਈਆਂ ਸਾਨੂੰ ਤਾਂ ਲੱਗਦਾ ਕਿ ਕਮਾ ਕੇ ਬਾਹ ਜਿਹੜੀ ਹੈ ਜਿਹੜੇ ਸਰਮਾਇਦਾਰ ਹੈ ਉਹਨਾਂ ਨੂੰ ਹੀ ਇਸ ਸੌਦਾ ਫੈਸਾ ਫਾਇਦਾ ਹੋਣਾ 1 ਲੱਖ ਕਰੋੜ ਰੁਪਈਆ ਅੰਕੜਿਆਂ ਦੇ ਵਿੱਚ ਹੀ ਕਿਸਾਨਾਂ ਲਈ ਹੈ ਦਿੱਤਾ ਕਿਸੇ ਹੋਰ ਪਾਸੇੋਂ ਕਿਸੇ ਹੋਰ ਨੂੰ ਜਾਣਾ ਨੇ ਉਹ ਤਾਂ ਜੇ ਕਿਸਾਨਾਂ ਨੂੰ ਦੇਣਾ ਤੇ ਮੇਰੇ ਖਿਆਲ ਨਾਲ ਬੜੀ ਦੇ ਪਹਿਲਾਂ ਤੋਂ ਮੈਨੂੰ ਅਜੇ ਵੀ ਯਾਦ ਹੈ ਉਹ ਸਟੇਟਮੈਂਟ ਰਾਜਾ ਵਾਲ ਹੋਰਾਂ ਦੀ ਵੀ ਇਹ ਪੈਸਾ ਸਰਕਾਰ ਰੱਖ ਲੈਂਦੀ ਆ ਗੱਲ ਬਿਲਕੁਲ ਤੁਹਾਡੀ ਸਹੀ ਹੈ ਵੀ ਉਹ ਜੇ ਉੱਪਰ ਰੱਖਿਆ ਜਾਂਦਾ ਵੀ ਇਹ ਇਸ ਸੈਕਟਰ ਲਈ ਖਰਚਣਾ ਹੂੰ ਹੂੰ ਉਹ ਜਿਹੜੇ ਬੰਦੇ ਵਿਚਾਰੇ ਥੱਲੇ ਹੁੰਦੇ ਖੇਤੀ ਕਰਦੇ ਉਹਨਾਂ ਨੂੰ ਤੇ ਸੈਕਟਰ ਦਾ ਨਾਮ ਨਹੀਂ ਪਤਾ ਲੱਗਦਾ ਪੈਸੇ ਕਿਤੋਂ ਖਰਚੇ ਜਾਣਗੇ ਉਹਦੇ ਲਈ ਤਾਂ ਸੈਕਟਰ ਚੰਡੀਗੜ੍ਹ ਦੀ ਹੀ ਆ ਇਕੱਲੇ ਉਹ ਬਸ ਉਹ ਵੀ ਉੱਥੇ ਹੀ ਰਹਿ ਜਾਂਦਾ ਕੰਮਗੇਤੇ ਵੀ ਉਹਦੇ ਚ ਇਹ ਆ ਵੀ ਫਲਾਨੀ ਇੰਡਸਟਰੀ ਲਾਵਾਂਗੇ ਫਲਾਨੀ ਇੰਡਸਟਰੀ ਨੂੰ ਇੰਨੇ ਵਿੱਚੋਂ ਫਾਇਦਾ ਦੇ ਦੇਾਂਗੇ ਉਹਦੇ ਲਈ ਇੰਨੇ ਚਿਰ ਦਾ ਟੈਕਸ ਮਾਫ ਕਰ ਦਾਂਗੇ ਆ ਫਲਾਨੀ ਫਲਾਨੀ ਥਾਂ ਦੇ ਉੱਪਰ ਸਰਕਾਰੀ ਜ਼ਮੀਨ ਜਿਹੜੀ ਕਿ ਇੰਨੇ ਕਰੋੜ ਦੀ ਬਣਦੀ ਉਹ ਫ੍ਰੀ ਦੇ ਦੇਵਾਂਗੇ ਉਹਦੇ ਚ ਉਹਨਾਂ ਨੂੰ ਐਸ ਐਸ ਹਸਤਾਬ ਨਾਲ ਆਨਲਾਈਨ ਟਾਈਮ ਦੇ ਵਿੱਚ ਗਰਾਂਟਾਂ ਦਿੱਤੀਆਂ ਜਾਣਗੀਆਂ ਮੈਚਿੰਗ ਮਤਲਬ ਉਹ ਉੱਥੇ ਇੱਕ ਹਫਤ ਹੋ ਜਾਂਦਾ ਖੂ ਖਾਤੇ ਜੇ ਦੇ ਵਿੱਚ ਤੇ ਜਿਹੜਾ ਵਿਚਾਰਾ ਬੰਦਾ ਐਂਡ ਤੇ ਡੀਕ ਦੰਦਾ ਵੀ ਯਾਰ ਪਤਾ ਨਹੀਂ ਕੁਝ ਲਾਉਂਦੇ ਆ ਉੱਥੇ ਫੈਕਟਰੀ ਫੈਕਟਰੀ ਕਹਿੰਦੇ ਸੈਕਟਰ ਨੂੰ ਪਹੇ ਦਿੱਤੇ ਉਹ ਤੱਕ ਪਹੁੰਚਦੇ ਨਹੀਂ ਉਹਨੂੰ ਚੰਗਾ ਨਹੀਂ ਕਿ ਜੇ ਮੰਨ ਲਓ ਇਸ ਵਕਤ ਰੌਲਾ ਕੱਟਾ ਐਮ ਐਸ ਪੀ ਦਾ ਕਿ ਮੰਨ ਲਓ ਇੱਕ ਕਿਸਾਨ ਹੈ ਕਿਸਾਨ ਨੇ ਇੱਕ ਫਸਲ ਪੈਦਾ ਕੀਤੀ ਫਸਲ ਜਦੋਂ ਮੰਡੀ ਲੈ ਕੇ ਜਾਂਦਾ ਤੋ ਉਹਨੂੰ ਲੱਗਦਾ ਵੀ ਮੈਨੂੰ ਸਹੀ ਕੀਮਤ ਨਹੀਂ ਮਿਲਦੀ ਸਰਕਾਰ ਦਾ ਰੀਡ ਕਾ ਇਸ ਚੀਜ਼ ਦੇ ਉੱਪਰ ਵੀ ਯਾਰ ਅਸੀਂ ਆਪਣੇ ਕੋਲੋਂ ਸਿਆਪਾ ਲਾਉਣਾ ਯਾਰ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਵੇਖ ਲਓ ਜੇ ਮਹਿੰਗੀਆਂ ਮਾਰਕੀਟ ਤੇ ਮਹਿੰਗੀ ਜੇ ਸ ਜੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਬੜੀ ਧੀਰ ਤੋਂ ਸਾਮੀਨਾਥਨ ਰਿਪੋਰਟ ਵੀ ਚਲੋ ਅਗਲੇ ਪਾੜ ਕੇ ਦੋ ਤਿੰਨ ਦਿਨ ਸਾਈਡ ਤੇ ਸੁੱਟੀਏ ਕਿਸਾਨ ਵੇਖ ਕੱਢ ਲਿਆਉਂਦੇ ਨਹੀਂ ਸਾਰੇ ਇੱਕ ਰਾਂ ਦੇਖੋ ਦੇ ਸਹੀ ਇੱਕ ਰਾਂ ਚੈੱਕ ਤੇ ਕਰੋ ਉਹਨੂੰ ਚੰਗਾ ਨਹੀਂ ਵੀ ਕੋਈ ਸਿਆਣੇ ਸਿਰ ਉੱਤੇ ਲਾ ਦੇਣ ਤੇ ਇਹ ਕਹਿਣ ਵੀ ਆਹ ਲਓ ਜੀ 1 ਲੱਖ ਕਰੋੜ ਰੁਪਇਆ ਤੁਹਾਡੇ ਕੋਲ ਪਿਆ ਮਾਰਕੀਟ ਦੇ ਵਿੱਚ ਆਪਾਂ ਇਹ ਸਪੈਸੇ ਨੂੰ ਇਦਾਂ ਨਹੀਂ ਸੁਟਣਾ ਸਿੱਧਾ ਕਿਸਾਨ ਦਾ ਖਾਤਾ ਜਿੱਦਾਂ ਨਹੀਂ ਸਿੱਧੇ ਕਿਸਾਨ ਦੇ ਖਾਤੇ 'ਚ ਪਾਉਣੇ ਪੈਸੇ ਉਸ ਹਿਸਾਬ ਤਾਬ ਕਰ ਲੈਣਾ ਵੀ ਠੀਕ ਆ ਭਾਈ ਸਾਹਿਬ ਐਮ ਐਸ ਪੀ ਦੇ ਹਿਸਾਬ ਨਾਲ ਆਪਾਂ ਰੇਟ ਤੈਅ ਕਰ ਲਿਆ ਤੁਸੀਂ ਆਪਣੀ ਫਸਲ ਜਿੱਥੇ ਮ ਉਹ ਤੁਸੀਂ ਵਿਖਾਉਣਾ ਵੀ ਜੇ ਮੰਨ ਲਓ ਵਪਾਰੀ ਹੈ ਤੁਹਾਡੀ 2000 ਦੀ ਚੀਜ਼ ਆ ਉਹਨੇ 2100 ਨੂੰ ਖਰੀਦ ਲਈ ਬਹੁਤ ਵਧੀਆ 100 ਵੀ ਤੇਰਾ 2000 ਵੀ ਤੇਰਾ ਜੇ ਉਹਨੇ 1800 ਨੂੰ ਖਰੀਦਿਆ 200 ਸਾਡੇ ਕੋ ਆ ਕੇ ਲੈ ਜੀ ਤੈਨੂੰ ਘਾਟਾ ਨਹੀਂ ਪੈਣ ਦਿੰਦੇ ਉਹ ਜਿਆਦਾ ਵਧੀਆ ਨਹੀਂ ਜੇ ਮੰਨ ਲਓ ਇਹ ਹੀ 1 ਲੱਖ ਕਰੋੜ ਰੁਪਏ ਨਾ ਹੋ ਸਕਦਾ 2-3 ਸਾਲ ਲੰਘ ਜਾਣ ਤੇ ਕਿਸਾਨਾਂ ਨੂੰ ਵੀ ਲੱਗੇ ਯਾਰ ਸਰਕਾਰ ਨੇ ਸਾਡੀ ਬਾਹ ਫੜੀਏ ਨਾਲੇ ਟਿਕਾਣੇ ਪਹੁੰਚ ਜੇ ਸੰਧਾਲੀਆ ਸਾਹਿਬ ਇੱਕ ਲੱਖ ਕਰੋੜ ਰੁਪਈਆ ਖਰਚਣ ਦੀ ਗਲਤੀ ਕੀਤੀ ਸੀ ਪਰ ਇਹਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਸੋਦੇ ਕਰਜ਼ੇ ਨੇ ਉਹੀ ਨਾ ਹਾਂ ਸੋਧ ਕੀ ਦੀ ਨਾ ਹੋਰ ਪਾਸੇ ਆ ਕਿ ਬੈਂਕ ਤੋਂ ਲੈ ਲਓ ਉਹ ਕਰਜ਼ਾ ਗੜ ਪਿਆ ਰਹੂਗਾ ਦਾ ਵਿਆਜ ਦੇਣਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜੇ ਲਾਭ ਦੇਣਾ ਹੈ ਉਹਦਾ ਤਰੀਕਾ ਬੜਾ ਸਾਫ਼ ਤੇ ਸਪਸ਼ਟ ਕੋਈ ਹੋਰ ਹੋ ਸਕਦਾ ਵੈਸੇ ਵੀ ਹੁਣ ਤਾਂ ਸਰਕਾਰ ਦੇ ਕੋਲੇ ਡਾਟਾ ਬਹੁਤ ਆ ਆ ਪਿਛਲੀ ਵਾਰੀ ਜਦੋਂ ਹੁਣ ਕਣਕ ਖਰੀਦਣੀ ਸੀ ਕਿਹਾ ਸੀ ਨਾ ਕਿ ਭਾਈ ਫਰਦਾਂ ਜਮ੍ਹਾਂ ਬੰਦੀਆਂ ਜਿਹੜੀਆਂ ਸਾਰੀਆਂ ਉੱਥੇ ਜਮ੍ਹਾਂ ਕਰੋ ਔਨ ਰਿਕਾਰਡ ਤਾਂ ਔਨਲਾਈਨ ਸਾਰਾ ਹੈਗਾ ਫਿਰ ਕੋਈ ਬਹੁਤ ਹੀ ਵੱਡੀ ਗੱਲ ਤਾਂ ਹੈ ਹੀ ਨਹੀਂ ਸੀ ਆ ਜਦੋਂ ਕਿਸਾਨਾਂ ਨੇ ਜਾ ਕੇ ਆ ਕੀਤਾ ਸੀ ਕਿ ਅਸੀਂ ਐਮਐਸਪੀ ਕੈਲਕੂਲੇਟਰ ਲਾਇਆ ਸੀ ਉਹਨਾਂ ਨੇ ਕਿ ਦੇਸ਼ ਦੀ ਕਿਹੜੀ ਮੰਡੀ ਦੇ ਵਿੱਚ ਕਿੰਨੀ ਕਣਕ ਆਈ ਆ ਕਿੰਨਾ ਝੋਨਾ ਆ ਇੱਕ ਦਿਨ ਚ ਉਹ ਕਣਕ ਜਿਹੜੀ ਆਈ ਆ ਸਰਕਾਰ ਦਾ ਭਾਅ ਆਇਆ ਪਰ ਵਿਕੀ ਕਿੰਨੇ ਤੇ ਆ ਤੇ ਉਹਦੇ ਵਿੱਚ ਉਹ ਦੱਸਦੇ ਹੁੰਦੇ ਸੀ ਕਿ ਅੱਜ ਇਸ ਮੰਡੀ ਦੇ ਵਿੱਚ ਐਨੇ ਕਰੋੜ ਰੁਪਈਆ ਸਰਕਾਰ ਦੇ ਐਮਐਸਪੀ ਦੇ ਮੁਤਾਬਕ ਮਿਲਣਾ ਚਾਹੀਦਾ ਪਰ ਘੱਟ ਮਿਲਿਆ ਕਿਸਾਨ ਨੂੰ ਘਾਟਾ ਸੀ ਉਹ ਐਮਐਸਪੀ ਕੈਲਕੂਲੇਟਰ ਜੇ ਕਿਸਾਨਾਂ ਦਾ ਹੋ ਸਕਦਾ ਯੰਦਰੇ ਆਦਬ ਦਾ ਹੋ ਸਕਦਾ ਤਾਂ ਉਹ ਸਰਕਾਰ ਦਾ ਵੀ ਹੋ ਸਕਦਾ ਉਹ ਕੈਲਕੂਲੇਟਰ ਆ ਫਾਰਮੂਲਾ ਤੁਸੀਂ ਵੀ ਲੈ ਲਓ ਤੇ ਕਰਕੇ ਉਧਰਲੇ ਪਾਸੇ ਨੂੰ ਦਿਓ ਹੁਣ ਸੰਧਾ ਵਾਲਿਆ ਸਾਹਿਬ ਇਹਦੇ ਨਾਲ ਨਾਲ ਕਿਸਾਨ ਮੋਰਚੇ ਨੇ মিডিਆ ਵਾਲਿਆਂ ਨੂੰ ਇੱਕ ਅਪੀਲ ਕੀਤੀ ਹੈ ਉਹ ਕਹਿੰਦੇ ਕਈ মিডিਆ ਤਾਂ ਬਹੁਤ ਨਿਰਪੱਖਤਾ ਦੇ ਨਾਲ ਗੱਲ ਕਰਦੇ ਆ ਪਰ ਕਈ ਗੋਦੀ মিডিਆ ਵਾਲੇ ਉਸ ਸਰਕਾਰ ਦੇ ਨਾ ਬਿਆਨਾਂ ਨੂੰ ਏਦਾਂ ਵਧਾ ਚੜਾ ਕੇ ਸਾਰਾ ਸਾਰਾ ਦਿਨ ਚਲਾਉਂਦੇ ਆ ਕਿ ਪਤਾ ਨਹੀਂ ਖੇਤੀ ਸੈਕਟਰ ਸੋਨੇ ਦਾ ਬਣ ਜਾਣਾ 1 ਲੱਖ ਕਰੋੜ ਰੁਪਏ ਦੇ ਨਾਲ ਉਹ ਕਹਿੰਦੇ ਨਾ ਕਰੋ ਏਦਾਂ ਥੋਡੀਆਂ ਕੁਝ ਡਿਊਟੀਆਂ ਨੇ ਜੋ ਤੁਸੀਂ ਕਰਨਾ ਸੀ ਬਹੁਤ ਕਰ ਲਿਆ ਪਰ ਲੋਕਾਂ ਨੂੰ ਦੱਸੋ ਕਿ ਭਾਈ ਇਹ ਕੱਲਾ ਅੰਕੜਿਆਂ ਦੀ ਖੇਡ ਹੈ ਅਸਲ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਬੜਨਾ ਬੜਨਾ ਕੁਝ ਨਹੀਂ ਹੁਣ ਦੇਖਦੇ ਆ ਕਿ ਮੀਡੀਆ ਤੇ ਅਸਰ ਹੁੰਦਾ ਕਿ ਨਹੀਂ ਹੁੰਦਾ ਉਹ ਤਾਂ ਚਲੋ ਮੀਡੀਆ ਤੇ ਹੋਵੇ ਨਾ ਹੋਵੇ ਪਰ ਮੇਰੇ ਦਿਮਾਗ 'ਚ ਇੱਕ ਗੱਲ ਹੋਰ ਆਉਂਦੀ ਸੀ ਮੈਂ ਕਹਿੰਦਾ ਯਾਰ ਕਿੱਡਾ ਵਧੀਆ ਮੌਕਾ ਜੇ ਸਰਕਾਰਾਂ ਹੁਣ ਵੀ ਸੋਚ ਲੈਣ ਬੜੀ ਧੀਰ ਤੋਂ ਆਪਾਂ ਇਹ ਚੀਜ਼ ਕਲੀਅਰ ਕੱਟ ਸੁਣਦੇ ਆਂ ਕਦੀ ਅੰਬ ਮੋੜ ਤੇ ਕਦੀ ਬਾਸਮਤੀ ਮੋੜਤੀ ਕਦੀ ਬਤਾਊ ਮੋੜ ਤੇ ਕਦੀ ਦਾਲਾ ਮੋੜਤੀਆਂ ਕਦੀ ਕਣਕ ਮੋੜਤੀ ਹੈ ਨਾ ਬਾਹਰਲੇ ਮੁਲਕਾਂ 'ਲੇ ਇਦਾਂ ਹੀ ਕਰਦੇ ਉਹ ਕਹਿੰਦੇ ਭਾਈ ਸਾਹਿਬ ਇਹ ਚ ਇੰਨੇ ਜ਼ਿਆਦਾ ਪੈਸਟੀਸਾਈਡ ਇਨਸੈਕਟੀਸਾਈਡ ਸਾਨੂੰ ਚਾਹੀਦੀ ਨਹੀਂ ਬੋਲੇ ਸਾਡੇ ਹਿਸਾਬ ਨਾਲ ਤੁਹਾਡੀ ਕਣਕ ਫੇਲ ਬਾਸਮਤੀ ਫੇਲ ਚੌਲ ਫੇਲ ਤੇ ਇੱਕ ਪਾਸੇ ਆਪਾਂ ਇਹ ਕਹਿੰਦੇ ਆ ਵੀ ਦਵਾਈਆਂ ਜੇ ਆਪਾਂ ਪੰਜਾਬ ਦੀ ਗੱਲ ਹੀ ਕਰ ਲਈਏ ਵੀ ਜੇ ਬਾਕੀ ਥਾਵਾਂ ਦੇ ਉੱਪਰ ਕਿਤੇ 2% ਪੈਂਦੀ ਹੈ ਤੇ ਪੰਜਾਬ 'ਚ 18-18% ਕੰਜ਼ਮਪਸ਼ਨ ਹੈ ਆਲ ਓਵਰ ਇੰਡੀਆ ਦੇ ਹਿਸਾਬ ਨਾਲ ਆਪਾਂ ਐਵਰੀਜ ਚੈੱਕ ਕਰ ਲਈਏ ਹੁਣ ਜੇ ਮੰਨ ਲਓ ਵੀ ਜ਼ੀਰੋ ਬਜਟ ਖੇਤੀ ਜਿਹੜਾ ਕਿ ਕਨਸੈਪਟ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਚੱਲਦਾ ਵੀ ਤੁਸੀਂ ਆਰਗੈਨਿਕ ਖੇਤੀ ਕਰਨੀ ਦੇਸੀ ਖੇਤੀ ਕਈ ਬੰਦੇ ਉਹਨੂੰ ਬਾਬੇ ਨਾਨਕ ਵਾਲੀ ਖੇਤੀ ਕਹਿੰਦੇ ਆ ਵੀ ਜੋ ਆਪਾਂ ਆਪਣੇ ਕੋਲੇ ਰੇ ਸਪਰੇ ਹੈਗੀ ਆ ਉਹ ਸਿਰਫ ਤੇ ਸਿਰਫ ਰੂੜੀ ਹੈ ਜਾਂ ਫੇ ਪਾਣੀ ਆ ਫਸਲ ਵੀ ਆਪਾਂ ਉਹ ਬਜਣੀਆਂ ਜਿਹੜੀ ਬਹੁਤੀ ਪਾਣੀ ਖਾਵੇ ਨਾ ਹੁਣ ਜੇ ਮੰਨ ਲਓ ਐਵਰੇਜ ਇੱਕ ਮੰਨ ਲਓ ਇਨਕਮ ਦੀ ਆਪਾਂ ਗੱਲ ਕਰਦੇ ਆਂ ਵੀ ਇੱਕ ਕਿਸਾਨ ਨੂੰ ਇਹ ਲੱਗਦਾ ਵੀ ਯਾਰ ਮੈਨੂੰ ਆਇਆ ਛੇਕੜ ਚ 40000 ਰੁਪਏ ਦਾ ਹੁਣ 40000 ਫਾਇਦਾ ਕਰਨ ਦੇ ਲਈ ਜਾਂ ਬਚਤ ਦੇ ਲਈ ਉਹਨੂੰ ਇਹ ਲੱਗਦਾ ਵੀ 7 8 10000 ਰੁਪਇਆ ਮੇਰੀਆਂ ਤੇ ਖਾਦਾਂ ਰਿਆਂ ਸੁਪਰੀਆਂ ਦੇ ਜਾਏਗਾ ਇਹਦਾ ਮਤਲਬ 40 ਚੋਂ 10 ਦੀ ਉਹ ਨਿਕਲ ਗਿਆ ਬਚਿਆ 30 ਤੇ ਜੇ ਮੰਨ ਲਓ ਕਿ ਵੀ ਉਹ ਇਸ ਰਾਹ ਤੁਰ ਪੈਂਦਾ ਵੀ ਯਾਰ ਮੈਂ ਆਰਗੇਨਿਕ ਖੇਤੀ ਕਰਦਾ ਭਾਈ ਸਾਹਿਬ ਆਉ ਮੈਂ ਕੋਈ ਤੁਹਾਡੀ ਦਵਾਈ ਬੂਟੀ ਨਹੀਂ ਪਾਉਂਦਾ 10000 ਇਹ ਬਚ ਗਿਆ ਉਹਦਾ ਪਲੱਸ ਜੇ ਮੰਨ ਲਓ ਵੀ ਉਧਰੋਂ ਝਾੜ ਘਟ ਜਾਂਦਾ ਜਿਹੜਾ ਕਿ ਘਟ ਉਹ ਦੇ ਮੰਨ ਲਓ ਵੀ 30 ਵਜਨ ਦੇ ਵਿੱਚ ਉਹਨੂੰ 20 ਵਜ ਦਾ ਤੇ ਜਿਹੜਾ ਆਰਗੈਨਿਕ ਉਹਦਾ ਕਹ ਲਓ ਕਿ ਵੀ ਉਹ ਫੂਡ ਆ ਉਹਦੀ ਜਿਹੜੀ ਵੈਲਿਊ ਆ ਜਦੋਂ ਕੱਲ ਨੂੰ ਜੇ ਤੁਸੀਂ ਖਰਚਾ ਕਰਨਾ ਹੀ ਆ ਤਾਂ ਉਸ ਐਕਸਪੋਰਟ ਤੇ ਕਰੋ ਵੀ ਬਾਹਰਲੇ ਮੁਲਕਾਂ ਲੈ ਕੇ ਆ ਯਾਰ ਆ ਆ ਚੀਜ਼ ਸ਼ੁੱਧ ਅਹੀ ਦਿੰਨੇ ਆ ਪੈਸੇ ਹੋਰ ਭੇਜੋ ਸਾਨੂੰ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਕਿਸਾਨ ਨੂੰ ਘਾਟਾ ਪੈਂਦਾ ਤੇ ਆ ਜਿਹੜਾ 1 ਲੱਖ ਕਰੋੜ ਜਾਂ 2 ਲੱਖ ਕਰੋੜ ਜਿੰਨੇ ਲੱਖ ਕਰੋੜ ਵੀ ਆ ਉਹ ਚੋਂ ਉਹਦਾ ਘਾਟਾ ਪੂਰਾ ਕਰ ਦਿਓ ਜੇ ਮੰਨ ਲਓ ਹੁਣ ਵੀ ਤੇ ਕਿਸਾਨਾਂ ਦੀਆਂ ਫਸਲਾਂ ਦੋ ਦੋ ਉੱਥੇ ਨਿਕਲ ਹੀ ਗਈਆਂ ਧਰਨੇ ਤੇ ਬੈਠਿਆਂ ਦੀਆਂ ਤੇ ਜੇ ਏਦਾਂ ਕਰ ਕਰਕੇ ਚਾਰ ਪੰਜ ਫਸਲਾਂ ਨਿਕਲ ਜਾਣ ਦੋ ਚਾਰ ਸਾਲ ਉਹਨਾਂ ਦਾ ਘਰ ਪੂਰਾ ਹੋ ਜੇ ਨਾਲੇ ਤੇ ਜਿਹੜੀ ਜ਼ਮੀਨ ਉਹ ਆਰਗੈਨਿਕ ਹੋ ਜੂ ਨਾਲੇ ਲੋਕਾਂ ਨੂੰ ਇਹ ਕੋਈ ਖਾਣ ਨੂੰ ਚੰਗਾ ਮਿਲ ਜੂ ਸੰਧਾਲੀਆ ਸਭ ਗੱਲ ਤਾਂ ਤੁਹਾਡੀ ਠੀਕ ਹੈ ਪਰ ਪਰ ਇਹ ਮੰਨਣੀ ਨਹੀਂ ਕਿਹਨੇ ਗੱਲ ਖਤਮ ਹੋ ਗਈ ਨਹੀਂ ਮੰਨਣੀ ਨਹੀਂ ਹਾਂ ਤੁਸੀਂ ਦੇਖੋ ਨਾ ਕਿ ਕੋਵਿਡ ਦੀ ਦਵਾਈ ਸੀ ਪਹਿਲਾਂ ਕਹਿੰਦੇ ਸੀ 1200 ਕੋਈ ਕਹਿੰਦਾ ਸੀ 600 ਫਿਰ ਕੋਈ 800 ਫਿਰ ਕੋਈ 400 ਕੇਂਦਰ ਨੂੰ ਹੋਰ ਰੇਟ ਸੂਬੇ ਨੂੰ ਹੋਰ ਰੇਟ ਆਮ ਨੂੰ ਹੋਰ ਰੇਟ ਪਹਿਲਾਂ ਸਾਰੀ ਦਵਾਈ ਆਪ ਖਰੀਦ ਦੇਣੀ ਅੱਧੀ ਉਹਨੇ ਖਰੀਦ ਦੇਣੀ ਮੁੜ ਕੇ ਜਾਣੀ ਕਿ ਇੱਕ ਬਹੁਤ ਜਿਹੜੀ ਵਨ ਟਾਈਮ ਇੱਕ ਸੈਟਲਮੈਂਟ ਸਕੀਮ ਜੀ ਹੁੰਦੀ ਆ ਕਿ ਕੋਵਿਡ ਕੜਾ ਰੋਜ ਆਉਣਾ ਇੱਕ ਵਾਰੀ ਦਵਾਈਆਂ ਲੱਗਣੀਆਂ ਲੋਕਾਂ ਨੂੰ ਟੀਕੇ ਲੱਗਣੇ ਆ ਅਸੀਂ ਉਹਦੇ ਤੇ ਵੀ ਨੀਤੀ ਉਸ ਤਰੀਕੇ ਦੀ ਨਹੀਂ ਸੀ ਬਣਾ ਸਕੇ ਮਨਸ਼ਾ ਹੋਵੇ ਤਾਂ ਬਣ ਜਾਂਦੀ ਆ ਨਾ ਵਿਰੋਧੀ ਧਿਰਾਂ ਨੇ ਉਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਇਆ ਤੇ ਨਾ ਸੱਤਾਧਾਰੀ ਧਿਰ ਨੇ ਜੇ ਤਾਂ ਕਿਸਾਨ ਬਚਾਉਣਾ ਹੈ ਬੜੀ ਆਸਾਨੀ ਦੇ ਨਾਲ ਬਚੂਗਾ ਕੰਮ ਕਰਨਾ ਪਊਗਾ ਨਿਯਤ ਰੱਖਣੀ ਪਊਗੀ ਪਰ ਜੇ ਸਿਰਫ ਇਹ ਦੇਖਣਾ ਕਿ ਵੱਡੇ ادارے ਨੇ ਵੱਡੇ ਘਰਾਣੇ ਨੇ ਉਹਨਾਂ ਨੇ ਫੰਡ ਦੇਣੇ ਆ ਚਾਹੇ ਸੱਤਾਧਾਰੀ ਆ ਚਾਹੇ ਵਿਰੋਧੀ ਆ ਤੇ ਜੇ ਉਹਨਾਂ ਨੇ ਫੰਡ ਦੇਣੇ ਆ ਉਹਦੇ ਮੁਤਾਬਕ ਚੱਲਣਾ ਬਿਸ਼ਪ ਦੇ ਵਿੱਚ ਇਦਾਂ ਦੀਆਂ ਨੀਤੀਆਂ ਆ ਤੇ ਸਾਨੂੰ ਕਿਸਾਨਾਂ ਨੇ ਕੀ ਦੇਣਾ ਪੀਪਾ ਦਾਣਿਆਂ ਦਾ ਦੇ ਦੂ ਉਧਰਲੇ ਪਾਸੇ ਉਹ ਵੱਜਵੇਂ ਫੰਡ ਆਉਣੇ ਆ ਪੋਸਟਰ ਲਾਵਾਂਗੇ ਬੈਨਰ ਚਲਾਵਾਂਗੇ ਆਈਟੀ ਸੈੱਲ ਬਣਾਵਾਂਗੇ ਉਹਦੇ ਨਾਲ ਵੋਟਾਂ ਲਾਵਾਂਗੇ ਤੇ ਸਰਕਾਰਾਂ ਬਣ ਜਾਣਗੀਆਂ ਇਦਾਂ ਕੰਮ ਨਹੀਂ ਹੋਣਾ ਕਿਸਾਨ ਮਜ਼ਦੂਰ ਆਮ ਬੰਦਾ ਉਹਨਾਂ ਦਾ ਕੇਂਦਰ ਬਿੰਦੂ ਨਹੀਂ ਹੈਗਾ ਹੁਣ ਤੁਸੀਂ ਦੇਖੋ ਕਿ ਸੰਯੁਕਤ ਕਿਸਾਨ ਮੋਰਚਾ ਜਾਂ ਜਿਨ੍ਹਾਂ ਨੇ ਇਸ ਵੇਲੇ ਉੱਥੇ ਮੋਰਚਾ ਲਾਇਆ ਦਿੱਲੀ 'ਚ ਉਹਨਾਂ ਦਾ ਇੱਕ ਬਹੁਤ ਵੱਡਾ ਕਨਸਰਨ ਹੁੰਦਾ ਸੀ ਕਿ ਭਾਰਤ ਸੰਗੀਟਾਂ ਚ ਕੁਝ ਅਧਿਕਾਰ ਕੇਂਦਰ ਦੇ ਆ ਕੁਝ ਸੂਬਿਆਂ ਦੇ ਆ ਕੁਝ ਸਾਂਝੇ ਆ ਜਿਹੜੇ ਸਾਂਝੇ ਵੀ ਆ ਜੇ ਦੋਨੋਂ ਕਾਨੂੰਨ ਬਣਾ ਦੇਣ ਕੇਂਦਰ ਵੀ ਸੂਬਾ ਵੀ ਤਾਂ ਕੇਂਦਰ ਦਾ ਮੰਨਿਆ ਜਾਂਦਾ ਕੇਂਦਰ ਦਾ ਹੱਥ ਉੱਪਰ ਹੈ ਪਰ ਜਿਹੜੀ ਇਕੱਲੀ ਸੂਬਿਆਂ ਵਾਲੀ ਲਿਸਟ ਹੈ ਉਹਦੇ ਵਿੱਚ ਕੇਂਦਰ ਦਖਲ ਨਹੀਂ ਦਿੰਦਾ ਜਿੱਦਾਂ ਕਿ ਖੇਤੀ ਸੀ ਜਿੱਦਾਂ ਕਿਸਾਨ ਮੋਰਚੇ ਵਾਲੇ ਕਹਿੰਦੇ ਸੀ ਕਿ ਭਾਈ ਸੂਬਿਆਂ ਦੇ ਅਧਿਕਾਰ ਘਟਾ ਕੇ ਕੇਂਦਰ ਦੇ ਅਧਿਕਾਰ ਵਧਾਏ ਜਾ ਰਹੇ ਆ ਖੇਤੀ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਹੁਣ ਤੁਸੀਂ ਦੇਖੋ ਕਿ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕੀਤਾ ਨਵੇਂ ਮੰਤਰੀਆਂ ਨੂੰ ਵਿਭਾਗ ਦਿੱਤੇ ਆ ਪੁਰਾਣਿਆਂ ਦੇ ਕਈਆਂ ਦੇ ਬਦਲੇ ਗਏ ਆ ਉਹਦੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਵੀ ਮੁੱਦਾ ਚੁੱਕਿਆ ਭਾਰਤ ਦੀਆਂ ਵਿਰੋਧੀ ਸਿਆਸੀ ਧਿਰਾਂ ਨੇ ਵੀ ਮੁੱਦਾ ਚੁੱਕਿਆ ਕਿਉਂਕਿ ਇੱਕ ਨਵਾਂ ਡਿਪਾਰਟਮੈਂਟ ਸਿਰਜਿਆ ਗਿਆ ਸਹਿਕਾਰਤਾ ਵਿਭਾਗ ਕੋਆਪਰੇਟਿਵ ਵਿਭਾਗ ਉਹ ਸਹਿਕਾਰਤਾ ਵਿਭਾਗ ਜਿਹੜਾ ਭਾਰਤ ਦੇ ਵਿੱਚ ਕੇਂਦਰ ਸਰਕਾਰ ਚ ਕਦੇ ਨਹੀਂ ਸੀ ਹੁੰਦਾ ਪਹਿਲੀ ਵਾਰ ਹੀ ਬਣਿਆ ਮੰਤਰਾਲਾ ਦਿੱਤਾ ਗਿਆ ਅਮਿਤ ਸ਼ਾਹ ਸਾਹਿਬ ਨੂੰ ਜਿਹੜੇ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਨੇ ਮੋਦੀ ਸਾਹਿਬ ਤੋਂ ਬਾਅਦ ਉਹ ਦੂਸਰੇ ਨੰਬਰ ਦੇ ਉੱਤੇ ਸਭ ਤੋਂ ਪਾਵਰਫੁੱਲ ਬੰਦੇ ਨੇ ਕੇਂਦਰ ਸਰਕਾਰ 'ਚ ਸਹਿਕਾਰਤਾ ਵਿਭਾਗ ਬਣਾਤਾ ਲੋਕਾਂ ਨੂੰ ਕੀ ਇਤਰਾਜ਼ ਹੈ ਪਰ ਹੁਣ ਵਿਰੋਧੀ ਧਿਰਾਂ ਨੇ ਇੱਕ ਸ਼ੱਕ ਜ਼ਾਹਿਰ ਕੀਤੀ ਹੈ ਉਹ ਕਹਿੰਦੇ ਜੀ ਜਿਹੜੇ ਤਿੰਨ ਵਰਗ ਨੇ ਕਿ ਆਹ ਕੇਂਦਰ ਦੇ ਅਧਿਕਾਰ ਆਹ ਸੂਬਿਆਂ ਦੇ ਆ ਸਾਂਝੇ ਉਹ ਕਹਿੰਦੇ ਸਹਿਕਾਰਤਾ ਜਿਹੜਾ ਸਾਰੇ ਦਾ ਸਾਰਾ ਸੂਬਿਆਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ ਇਸੇ ਕਰਕੇ ਕਦੇ ਕੇਂਦਰ ਸਰਕਾਰ ਦੇ ਕੋਲੇ ਡਿਪਾਰਟਮੈਂਟ ਨਹੀਂ ਸੀ ਹੁੰਦਾ ਉਹ ਤੇ ਆਹ ਕਹਿੰਦੇ ਸਹਿਕਾਰਤਾ ਵਿਭਾਗ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਦੇਰ ਸਵੇਰ ਸੂਬਿਆਂ ਦੇ ਹੱਥੋਂ ਸਹਿਕਾਰਤਾ ਲਹਿਰ ਨੂੰ ਖਿੱਚ ਕੇ ਕੇਂਦਰ ਆਪਣੇ ਨਿਯੰਤਰਣ ਦੇ ਵਿੱਚ ਆਪਣੇ ਕੰਟਰੋਲ ਦੇ ਵਿੱਚ ਲਜਾਣ ਦੀ ਕੋਸ਼ਿਸ਼ ਕਰ ਰਿਹਾ ਹੁਣ ਇਹ ਜਿਹੜਾ ਮੁੱਦਾ ਕਿ ਸੂਬਿਆਂ ਦੀਆਂ ਤਾਕਤਾਂ ਘਟਾ ਕੇ ਇੱਕ ਹੋਰ ਸਟੈਪ ਉਧਰਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਹੈ ਕਿ ਭਾਈ ਆਪਾਂ ਸੈਂਟਰਲਾਈਜੇਸ਼ਨ ਕਰਦੀਏ ਆਪਾਂ ਕੇਂਦਰੀਕਰਨ ਕਰਦੀਏ ਹੋ ਸਕਦਾ ਹੈ ਕਿ ਦੇਸ਼ ਦੀਆਂ ਵਿਰੋਧੀ ਧਿਰਾਂ ਇਸ ਮੁੱਦੇ ਤੇ ਇਕੱਠੀਆਂ ਹੋ ਜਾਣ ਕੇਂਦਰ ਸਰਕਾਰ ਕੋ ਆਪਣੇ ਤਰਕ ਹੋ ਸਕਦੇ ਆ ਕਿਉਂਕਿ ਬਹੁਤ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਘਾਟੇ 'ਚ ਵੀ ਨੇ ਕਈ ਜਗ੍ਹਾ ਦੇ ਉੱਤੇ ਸਹਿਕਾਰਤਾ ਲਹਿਰ ਫੇਲ ਹੋਈ ਹੈ ਅਗਲੇ ਕਹਿੰਦੇ ਜੀ ਨਿਯਮ ਬਣਾਉਣੇ ਆ ਢਾਂਚਾ ਮਜ਼ਬੂਤ ਕਰਨਾ ਹੈ ਨੀਤੀਗਤ ਫੈਸਲੇ ਲੈਣੇ ਆ ਕਿ ਸਹਿਕਾਰਤਾ ਲਹਿਰ ਨੂੰ ਅਸੀਂ ਮਜ਼ਬੂਤ ਕਰੀਏ ਪਰ ਇਹਦੇ ਨਾਲ ਹੋ ਸਕਦਾ ਹੈ ਕਿ ਇੱਕ ਵਾਰੀ ਫੇਰ ਇਸ ਮੁੱਦੇ ਦੇ ਉੱਤੇ ਲੜਾਈ ਛਿੜ ਜਾਏ ਭਾਈ ਸਿਆਸਤਦਾਨਾਂ ਦੀ ਆਪਸ ਦੇ ਵਿੱਚ ਕਿਸਾਨਾਂ ਦੀ ਕਿ ਭਾਈ ਸੂਬਿਆਂ ਨੂੰ ਕਮਜ਼ੋਰ ਕਰਕੇ ਕੇਂਦਰ ਮਜ਼ਬੂਤ ਹੋਣ ਨੂੰ ਫਿਰਦਾ ਜੇ ਇਹ ਇਹ ਤਾਂ ਪੇਚਾ ਮਨ ਲਾਦਾ ਵੀ ਆ ਜਿਹੜਾ ਮੌਨਸੂਨ ਸੈਸ਼ਨ ਹੈ ਇਹਦੇ ਵਿੱਚ ਹੋ ਸਕਦਾ ਵੀ ਕਿਸਾਨੀ ਮੁੱਦੇ ਨਾਲੋਂ ਵੀ ਜ਼ਿਆਦਾ ਮੁੱਦਾ ਇਹ ਹੀ ਬਣ ਜਵੇ ਜੀ ਕਿਉਂਕਿ ਦੇਖੋ ਕਾਰਨ ਇਹ ਆ ਵੀ ਜਦੋਂ ਆਪਾਂ ਹੋ ਸਕਦਾ ਪੰਜਾਬ ਦੇ ਸਹਾ ਨਾਲ ਆਪਾਂ ਇੱਕ ਦੇਸੀ ਉਦਾਹਰਣ ਦੇ ਦਿੰਦੇ ਆ ਜੇ ਮੈਂ ਗਲਤ ਨਹੀਂ ਤੇ ਰੰਧਾਵਾ ਸਾਹਿਬ ਐਸ ਵਕਤ ਪੰਜਾਬ ਦੇ ਸਹਿਕਾਰਤਾ ਮੰਤਰੀ ਆ ਬਹੁਤ ਸਾਰੇ ਸਹਿਕਾਰੀ ਕਹਿੰ ਲੋ ਕਿ ਸੁਭਾਵਾਂ ਵਾਲੇ ਕੋਈ ਉਹਦੇ ਵਿੱਚ ਆ ਬੇਰਕਾ ਆ ਗਿਆ ਜੀ ਆ ਮਿਲਕ ਫੱਡ ਆ ਗਿਆ ਜੀ ਮਾਰਕ ਫੱਡ ਆ ਗਿਆ ਜੀ ਪਿੰਡ ਵਾਲੀਆਂ ਸੁਸਾਇਟੀਆਂ ਬਣਨ ਸਹਿਕਾਰੀ ਬੈਂਕ ਆ ਭਾਈ ਸਾਜ ਪਿੰਡ ਵਾਲੀ ਸੁਸਾਇਟੀ ਹੋ ਗਈ ਨਾ ਇਹ ਸਾਰੇ ادارے ਕੋਆਪਰੇਟਿਵ ਦੇ ਆ ਹੁਣ ਗੱਲ ਇਹ ਆ ਕਿ ਵੀ ਇਹ ਜਿਹੜੇ ادارے ਨੇ ਦੇਸੀ ਤਰੀਕੇ ਨਾਲ ਢਾਂਗ ਤਰੀਕੇ ਨਾਲ ਕੁਛ ਮਰਜ਼ੀ ਆਪਾਂ ਕਹਿ ਲਈਏ ਕਿਤੇ ਨਾ ਕਿਤੇ ਸਟੇਟ ਨੂੰ ਲੱਗਦਾ ਸੀ ਵੀ ਯਾਰ ਸਾਡੇ ਨੇ ਇਹਨੂੰ ਇਸ ਜੀ ਚਲਾਉਨੇ ਆ ਤੇ ਕੋਈ ਚਾਰਜ ਛੱਡੜ ਸਾਡੇ ਕੋਲੇ ਬਚਦੇ ਆ ਕੋਈ ਬੰਦਿਆਂ ਨੂੰ ਨੌਕਰੀਆਂ ਦੀ ਨਹੀਂ ਐਡਜਸਟਮੈਂਟ ਹੁੰਦੀ ਕੁਛ ਨਾ ਕੁਛ ਤੇ ਹੈ ਹੀ ਆ ਪਰ ਇਹ ਆ ਕਿ ਵੀ ਇਹ ਸਾਰੇ ਕੁਛ ਦੇ ਲਈ ਜਵਾਬਦੇਹ ਉੱਪਰ ਵਾਲੀ ਕੋਈ ਨਹੀਂ ਸੀ ਬਹੁਤੀ ਹੁੰਦੀ ਪਰ ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜੀ ਅਮਿਤ ਸ਼ਾਹ ਹੋਰੀ ਉੱਪਰ ਬੈਠੇ ਨੇ ਤੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਜਵਾਬ ਦੇ ਉੱਪਰ ਤੱਕ ਹੋ ਜਾਣੀ ਹੈ ਤੇ ਜਦੋਂ ਜਵਾਬ ਦੇ ਹੀ ਉੱਪਰ ਤੱਕ ਹੋ ਗਈ ਤੇ ਫਿਰ ਇਹ ਤੇ ਕੋਈ ਬੰਦਾ ਵੀ ਨਹੀਂ ਰੋਕ ਸਕਦਾ ਵੀ ਜਦੋਂ ਅਗਲੇ ਨੇ ਇੱਕ ਰਨਾਲੀ ਪਾ ਲਈ ਤੇ ਕੱਲ ਨੂੰ ਉਸ ਨਾਲੀ ਦੇ ਵਿੱਚ ਦੇ ਅਗਲੇ ਪਾਣੀ ਨਹੀਂ ਛੱਡਣਗੇ ਸੰਧਾਲੀਆ ਸਭ ਪਾਣੀ ਤਾਂ ਅਗਲੇ ਛੱਡਣਗੇ ਸਾਫ਼ ਕੀਤੀ ਨਾਲੀ ਉਹਨਾਂ ਨੇ ਹੁਣ ਤੁਸੀਂ ਇੱਥੇ ਦੇਖੋ ਕਿ ਜੇ ਆਪਾਂ ਥੋੜੀ ਜਿਹੀ ਬਾਰੀਕ ਨਜ਼ਰ ਦੇ ਨਾਲ ਦੇਖੀਏ ਕਿ ਪ੍ਰਭਾਵ ਕੀ ਪਊਗਾ ਡਿਪਾਰਟਮੈਂਟ ਕਿਉਂ ਬਣਿਆ ਜਾਂ ਉਹਦੇ ਸਿੱਟੇ ਕੀ ਨਿਕਲ ਸਕਦੇ ਆ ਜੋ ਭਾਰਤ ਦੀਆਂ ਵਿਰੋਧੀ ਧਿਰਾਂ ਜਾਂ ਕਿਸਾਨ ਕਹਿੰਦੇ ਆ ਸੰਧਾਲੀਆ ਸਭ ਸਾਰੇ ਦੇਸ਼ ਦੇ ਵਿੱਚ ਤਕਰੀਬਨ ਖੇਤੀ ਦੇ ਨਾਲ ਸੰਬੰਧਿਤ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਉਹਦੀ ਗਿਣਤੀ 95000 ਆ ਤੇ ਜਿਹਦੇ ਵਿੱਚੋਂ ਬਹੁਤ ਸਾਰੀਆਂ ਵਾਅਦੇ ਚ ਨੇ ਜਾਨੀ ਕਿ ਇੱਕ ਮੰਤਰਾਲਾ ਬਣਿਆ ਜਿਹੜਾ ਅੱਗੇ ਸੂਬਿਆਂ ਦੇ ਅਧਿਕਾਰ ਖੇਤਰ ਸੀ ਉਹ ਹੁਣ ਕੇਂਦਰ ਦੇ ਕੋਲੇ ਆਇਆ ਅਜੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਸੂਬਿਆਂ ਨੂੰ ਤੰਗ ਕਰਨਾ ਜਾਂ ਕੁਝ ਕਰਨਾ ਪਰ ਅਜੇ ਡਿਪਾਰਟਮੈਂਟ ਬਣ ਗਿਆ 95000 ਖੇਤੀਬਾੜੀ ਦੇ ਨਾਲ ਸੰਬੰਧਿਤ ਸਹਿਕਾਰੀ ਸੁਸਾਇਟੀਆਂ ਨੇ 2 ਲੱਖ ਦੇ ਕਰੀਬ ਡੇਰੀ ਫਾਰਮਿੰਗ ਦੁੱਧਾਰੂ ਪਸ਼ੂਆਂ ਦੇ ਨਾਲ ਸੰਬੰਧਿਤ ਦੁੱਧ ਦੇ ਕਾਰੋਬਾਰ ਦੀਆਂ ਉਹ ਸੋਸਾਇਟੀਆਂ ਨੇ 3 ਲੱਖ ਤਕਰੀਬਨ ਹੋ ਗਈਆਂ ਇਹਨਾਂ 3 ਲੱਖ ਸੋਸਾਇਟੀਆਂ ਦੇ ਉੱਤੇ ਜੇ ਦੇਰ ਸਵੇਰ ਸੂਬਿਆਂ ਦਾ ਅਧਿਕਾਰ ਘਟਦਾ ਹੈ ਕੇਂਦਰ ਦਾ ਵੱਧਦਾ ਹੈ ਹੋਰ ਤੁਸੀਂ ਦੇਖੋ ਸਾਰੇ ਦੇਸ਼ ਦੇ ਵਿੱਚ 33 ਸਹਿਕਾਰੀ ਬੈਂਕਾਂ ਨੇ 33 ਉਹ ਸੂਬਿਆਂ ਦੇ ਅਧਿਕਾਰ ਖੇਤਰ ਚ ਨੇ ਬਹੁਤੀਆਂ ਹੁਣ ਉਹ 33 ਬੈਂਕਾਂ ਦੇ ਕੋਲੇ ਪੈਸੇ ਪਤਾ ਕਿੰਨੇ ਪਏ ਆ ਜਿਹੜੇ ਜਮ੍ਹਾਂ ਪਏ ਆ ਕਿਸਾਨਾਂ ਨੂੰ 1 ਲੱਖ ਕਰੋੜ ਰੁਪਈਆ ਕਿਹਾ ਸੀ ਨਾ 1 ਲੱਖ 3000 ਕਰੋੜ ਰੁਪਈਆ ਉਹਨਾਂ ਦੇ ਖਾਤਿਆਂ ਚ ਜਮ੍ਹਾਂ ਪਿਆ 1 ਲੱਖ 3000 ਕਰੋੜ ਹੋਰ ਸੁਣੋ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਵਿੱਚੋਂ ਹਰ ਰੋਜ਼ 3.5 ਕਰੋੜ ਲੀਟਰ ਦੁੱਧ ਦੇਸ਼ ਦੇ ਵਿੱਚ ਡਿਸਟ੍ਰੀਬਿਊਟ ਹੁੰਦਾ 3.5 ਕਰੋੜ ਲੀਟਰ ਦੁੱਧ ਰੋਜ਼ ਹੁਣ ਜੇਸ ਕੋਆਪਰੇਟਿਵ ਅਦਾਰਿਆਂ ਦੇ ਕੋਲ ਕੋਆਪਰੇਟਿਵ ਢਾਂਚੇ ਦੇ ਕੋਲ ਸਹਿਕਾਰਤਾ ਢਾਂਚੇ ਦੇ ਕੋਲ 33 ਬੈਂਕਾਂ ਨੇ 1 ਲੱਖ 3000 ਕਰੋੜ ਰੁਪਈਆ ਉਹਨਾਂ ਬੈਂਕਾਂ 'ਚ ਜਮ੍ਹਾਂ ਪਿਆ ਹੈ ਇਹਦੇ ਤੋਂ ਬਿਨਾ 95000 ਖੇਤੀਬਾੜੀ ਦੇ ਨਾਲ ਸੰਬੰਧਿਤ ਕੋਆਪਰੇਟਿਵ ਸੁਸਾਇਟੀਆਂ ਨੇ 2 ਲੱਖ ਡੇਰੀ ਫਾਰਮਿੰਗ ਦੇ ਨਾਲ ਸੰਬੰਧਿਤ ਤੇ ਹੋਰ ਇਹਦੇ ਵਿੱਚ ਕਿਤੇ ਆ ਜਾਂਦੇ ਉਹ ਕੋਆਪਰੇਟਿਵ ਸੁਸਾਇਟੀਆਂ ਨੇ ਉਹਦਾ ਜੇ ਅੱਜ ਕੇਂਦਰ ਦੇ ਵਿੱਚ ਮੰਤਰਾਲਾ ਬਣਦਾ ਤੇ ਉਹ ਮੰਤਰਾਲਾ ਵੀ ਖੇਤੀਬਾੜੀ ਮੰਤਰੀ ਦੇ ਨਾਲ ਨਹੀਂ ਜੋੜਿਆ ਜਾਂਦਾ ਹੂੰ ਕਿਉਂਕਿ ਕੋਆਪਰੇਟਿਵ ਦਾ ਸੰਬੰਧ ਤਾਂ ਬਹੁਤਾਂ ਖੇਤੀ ਨਾਲ ਡੇਰੀ ਨਾਲ ਹੈ ਉਹ ਗ੍ਰਹਿ ਮੰਤਰੀ ਸਾਹਿਬ ਨੂੰ ਦਿੱਤਾ ਜਾਂਦਾ ਇਤਰਾਜ਼ ਕੋਈ ਨਹੀਂ ਕਿਸੇ ਨੂੰ ਇਹ ਵਿਰੋਧੀ ਧਿਰਾਂ ਨੇ ਆਖਿਆ ਹੂੰ ਪਰ ਇਹਦਾ ਮਤਲਬ ਹੈ ਕਿ ਜਿਹੜੇ ਸੂਬੇ ਖਾਸ ਤੌਰ ਤੇ ਪਛਮੀ ਬੰਗਾਲ ਕੇਰਲਾ ਮਹਾਰਾਸ਼ਟਰ ਪੰਜਾਬ ਮੱਧ ਪ੍ਰਦੇਸ਼ ਤਾਮਿਲਨਾਡੂ ਇਹ 6 ਸੂਬੇ ਇਹਨਾਂ ਦੇ ਵਿੱਚ ਕੋਆਪਰੇਟਿਵ ਲਹਿਰ ਜਾਂ ਕੋਆਪਰੇਟਿਵ ਢਾਂਚਾ ਬਹੁਤ ਮਜ਼ਬੂਤ ਹੈ ਜਿੱਥੇ ਕਿ ਚੰਗੇ ਤਰੀਕੇ ਚੱਲ ਰਿਹਾ ਆ ਤੁਸੀਂ ਪੰਜਾਬ ਦਾ ਜ਼ਿਕਰ ਕੀਤਾ ਆਪਾਂ ਦੁੱਧ ਕਿੱਥੇ ਪਾਉਨੇ ਆ ਬਹੁਤਾਂ ਡੈਰੀ ਚ ਪਾਉਨੇ ਆ ਆਪਾਂ ਨੂੰ ਲੱਸੀ ਕਿੱਥੋਂ ਆਉਂਦੀ ਆ ਉਹ ਕੋਆਪਰੇਟਿਵ ਉਦਾਰਿਆਂ ਦੇ ਵਿੱਚੋਂ ਆਉਂਦੀ ਆ ਬਹੁਤ ਸਾਰੇ ਖਾਦ ਕਿੱਥੋਂ ਆਉਂਦੇ ਆ ਉਹ ਮਜ਼ਬੂਤ ਢਾਂਚਾ ਜਿਹੜਾ ਕਿ ਅੱਜ ਸੂਬਿਆਂ ਦੇ ਹੱਥ ਵਸ ਹੈ ਲੋਕ ਤੰਗੀ ਪਰੇਸ਼ਾਨੀ ਹੁੰਦੀ ਆ ਸੂਬਾ ਸਰਕਾਰ ਦੇ ਧੌਣ ਤੇ ਗੋਡਾ ਰੱਖਦੇ ਆ ਉਸ ਹਿਸਾਬ ਦੇ ਨਾਲ ਹਿੱਲਜੁਲ ਹੋ ਜਾਂਦੀ ਆ ਕਰਜ਼ਾ ਲੈਣਾ ਮਾੜਾ ਮੋਟਾ ਕਰਜ਼ਾ ਮੂੜਨਾ ਆ ਕੋਈ ਚੀਜ਼ ਉਧਾਰੀ ਲੈਣੀ ਆ ਕੋਆਪਰੇਟਿਵ ਸੁਸਾਇਟੀਆਂ ਦੇ ਕੋਲੇ ਕੀ ਆਵੇ ਕੀ ਜਾਵੇ ਉਹ ਅੱਜ ਸੂਬਿਆਂ ਦੇ ਕੋਲ ਆ ਪਰ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਕਿਤੇ ਨਾ ਹੋਵੇ ਕਿ ਦੇਰ ਸਵੇਰ ਇਹ ਵੀ ਸ਼ਕਤੀਆਂ ਹੌਲੀ 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 ਉਧਰਲੇ ਪਾਸੇ ਨੁਖਸਕ ਜਾਣ ਇਹ ਉਧਰਲੇ ਪਾਸੇ ਕਿਸਕ ਜਾਣ ਹੋ ਸਕਦਾ ਕਈ ਬੰਦੇ ਇਹਦੇ ਤੇ ਇਤਰਾਜ਼ ਕਰਨ ਵੀ ਯਾਰ ਖਿਸਕ ਜਾਣ ਦੇ ਫਿਰ ਕੀ ਫਰਕ ਪੈਂਦਾ ਨਹੀਂ ਹੁਣ ਆਪਾਂ ਪਹਿਲੀ ਗੱਲ ਤੇ ਇਹ ਸਮਝਾ ਦੇ ਵੀ ਸੈਕਾਰੀ ਬੈਂਕ ਦੇ ਵਿੱਚ ਜਿਹੜਾ ਉਹ ਮਤਲਬ ਤੁਸੀਂ ਬਹੁਤ ਮਾਮੂਲੀ ਵਿਆਜ ਦੇ ਉੱਪਰ ਕਰਜ਼ਾ ਲੈ ਸਕਦੇ ਹੋ ਬਹੁਤ ਕਹਿੰ ਲੋ ਕਿ ਵੀ ਜੇ ਕਈ ਚੀਜ਼ਾਂ ਨੇ ਜਿਹੜੀਆਂ ਕਿ ਬੜੀਆਂ ਘੱਟ ਰੇਟ ਦੇ ਉੱਪਰ ਸਰਕਾਰ ਪਿੱਛੋਂ ਪ੍ਰੋਵਾਈਡ ਕਰਦੀ ਹੈ ਹੁਣ ਇਹ ਜਿਸ ਹਿਸਾਬ ਨਾਲ ਤੁਸੀਂ ਤਾਰਾਂ ਜੋੜੀਆਂ ਆਪਾਂ ਇਹ ਸਤਾਰ ਨੂੰ ਬਿਲਕੁਲ ਇੱਕ ਤਾਂ ਨੇ ਵੀ ਅਗਲੇ ਪਾਸੇ ਲੜੀ ਲੱਗ ਗਈ ਹੈ ਕਹਿੰਦੇ ਲੱਗੀ ਬਨੇਰੇ ਤੇ ਲਾਈ ਬਨੇਰੇ ਤੇ ਪੌੜੀਆਂ ਵਾਲੇ ਪਾਸੇ ਵੀ ਲਾਤੀ ਓਕੇ ਫੇਰ ਪਿੱਛੇ ਟਰਾਂਸਫਾਰਮਰ ਤੇ ਤਾਰਾਂ ਜੋੜੀਏ ਕਹਿੰਦੇ ਬਿਲਕੁਲ ਜੋੜੀਏ ਇਹਦੇ ਮਤਲਬ ਟਰਾਂਸਫਾਰਮਰ ਤੇ ਤਾਰਾਂ ਜੋੜਨ ਲਈ ਉਹਨਾਂ ਨੇ ਇਸ ਵ ਹੁਣ ਉਹ ਜੋੜਨੀਆ ਕਿਦਾਂ ਮੈਨੂੰ ਇਹ ਲੱਗਦਾ ਕਿ ਜਦੋਂ ਆਪਾਂ ਖੇਤੀ ਸੈਕਟਰ ਦੀ ਗੱਲ ਕਰਦੇ ਆ ਤਾਂ ਬੜੀ ਵਾਰ ਆਪਾਂ بڑے ਵੱਡੇ ਵੱਡੇ ਜਿਹੜੇ ਕਹੋਗੇ ਅਰਥ ਸ਼ਾਸਤਰੀ ਉਹਨਾਂ ਦੇ ਮੂੰਹ ਸੋਨਾ ਟਿਆ ਕਿ ਅਗਲੀ ਜਿਹੜੀ ਪੈਸੇ ਵਾਲੇ ਲੋਕ ਨੇ ਉਹਨਾਂ ਨੂੰ ਜੇ ਕੋਈ ਮੰਡੀ ਦਿਖਦੀ ਹੈ ਤੇ ਉਹ ਦਿਖਦੀ ਹੈ ਫੂਡ ਬਾਜ਼ਾਰ ਜੀ ਯਾਨੀ ਕਿ ਖਾਣ ਪੀਣ ਵਾਲੀਆਂ ਵਸਤਾਂ ਕਿੱਥੋਂ ਪੈਦਾ ਹੁੰਦੀਆਂ ਨੇ ਕਿਵੇਂ ਸਾਰੇ ਕੁਝ ਤੇ ਕਬਜ਼ਾ ਕੀਤਾ ਜਾਵੇ ਹੁਣ ਖੇਤੀ ਦੇ ਵਿੱਚ ਤੇ ਕਲੀ ਜ਼ਮੀਨ ਆ ਗਈ ਨਾ ਜਿਹਨੂੰ ਪਿੱਟਣ ਦਾ ਇਸ ਵਕਤ ਵੀ ਉਹ ਭਾਈ ਸਾਹਿਬ ਸਾਡਾ ਬਣੂਗਾ ਕੀ ਮਹਾਰਾਜ ਜੀ ਵੀ ਜ਼ਮੀਨਾਂ ਵੀ ਤੁਸੀਂ ਖੋਣ ਨੂੰ ਫਿਰਦੇ ਹੋ ਉਪਜ ਜਿਹੜੀ ਹੈ ਜੀ ਉਹ ਵੀ ਤੁਸੀਂ ਕਈ ਇਹਨਾਂ ਵੇ ਹੁਣ ਜਦੋਂ ਆਪਾਂ ਕੋਆਪਰੇਟਿਵ ਦੀ ਗੱਲ ਕਰਦੇ ਆ ਮੰਨ ਲਓ ਵੀ ਇਹ ਜਿਹੜੀਆਂ ਸੁਸਾਇਟੀਆਂ ਨੇ ਇਸ ਵਕਤ ਉਹ ਆਜ਼ਾਦ ਨੇ ਆਪਣੇ ਹਿਸਾਬ ਨਾਲ ਜੇ ਕਿਸੇ ਨਾਲ ਕੋਈ ਸਮਝੌਤਾ ਕਰਨਾ ਕਰ ਲਿਆ ਨਹੀਂ ਤੇ ਜੋ ਸਰਕਾਰ ਦੀਆਂ ਗਾਈਡਲਾਈਨਸ ਆਈਆਂ ਕੰਮ ਚੱਲ ਗਿਆ ਜੇ ਮੰਨ ਲਓ ਇੱਕ ਸੈਂਟਰ ਦੇ ਵਿੱਚ ਮੰਤਰੀ ਸਾਹਿਬ ਹੋਣ ਸੈਂਟਰ ਦੇ ਵਿੱਚ ਉਹ ਕਬਜ਼ਾ ਹੋਵੇ ਤੇ ਉੱਥੋਂ ਉਹ ਦੋਵੇਂ ਤਾਰਾਂ ਮੇਰੇ ਹੱਥ 'ਚ ਨੇ ਮੈਂ ਹੁਣੇ ਤੈਨੂੰ ਕਿਹਾ ਵੀ ਮੈਂ ਟਰਾਂਸਫਰ ਮਨੂੰ ਲਗਾ ਲਵਾਂ ਉਧਰੋਂ ਇੱਕ ਬੰਦਾ ਆ ਕੇ ਛੱਡੋ ਖੜਾ ਟਰਾਂਫਰ ਨੂੰ ਮਾਵ ਜੀ ਇੱਧਰ ਜਨਰੇਟਰ ਟੱਕਿਆ ਲੈਣਗੇ ਤੇਲ ਵੀ ਅਸੀਂ ਪਾਉਣਾ ਬਾਅਦ ਤੁਸੀਂ ਤਾਰਾਂ ਸਾਨੂੰ ਫੜਾ ਦੇਣੀ ਹੈ ਆਪਣੇ ਹਿਸਾਬ ਨਾਲ ਲਾਇਆ ਕਰਾਂਗੇ ਜਿੰਨੀ ਉਹਿਆ ਤੁਹਾਡਾ ਤੁਸੀਂ ਮਾਰੇ ਮੌਕਾ ਦੇ ਦਿਓ ਇੱਕ ਰਾ ਮੈਂ ਉਹ ਦੋ ਤਾਰਾ ਫੜਾਉਣੀਆਂ ਕਿ ਹੁਣੇ ਮੈਂ ਦੱਸ ਗਿਆ ਤਾਂ ਵੀ ਉਹ ਕਿੱਥੋਂ ਤੱਕ ਲੜੀਆਂ ਲੱਗੀਆਂ ਪੌੜੀਆਂ ਵੀ ਜਗਣੀਆਂ ਬਨੇਰਾ ਵੀ ਜਗਣਾ ਤੇ ਘਰਾਂ ਦੀਆਂ ਤੱਕ ਬੱਤੀਆਂ ਵੀ ਜਗਣੀਆਂ ਮੈਨੂੰ ਲੱਗਦਾ ਹੈ ਕਿ ਕਿਤੇ ਇਹ ਹੋ ਸਕਦਾ ਹੈ ਵੀ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਪਰੋਂ ਹੀ ਕਿਤੇ ਆਰਡਰ ਆ ਜਾਵੇ ਵੀ ਓਕੇ ਜੀ ਦੁੱਧ ਦਾ ਸਮਝੌਤਾ ਤੇ ਫੁਲਾਨੇ ਕੋਰਪੋਰੇਟ ਅਦਾਰੇ ਨੇ ਕਰ ਲਿਆ ਇਹ ਜਿਹੜੀ ਤੁਹਾਡੀ ਸੁਸਾਇਟੀ ਹੈ ਇਹਦੇ ਵਿੱਚ ਇਥੋਂ ਫੁਲਾਨਿਆਂ ਦੀ ਬਣੀ ਡੰਗਰ ਵਾਲੀ ਖੁਰਾਕ ਆਇਆ ਕਰੂਗੀ ਤੇ ਜਿਹੜਾ ਤੁਹਾਡਾ ਦੁੱਧ ਆ ਉਹਦੇ ਲਈ ਅਸੀਂ ਆ ਸਮਝੌਤਾ ਇਹਨਾਂ ਨਾਲ ਕਰ ਲਿਆ ਫਲਾਨੀ ਡੇਰੀ ਹੁਣ ਫਲਾਨੇ ਲੈ ਲੈਣੇ ਹੋ ਸਕਦਾ ਮੈਨੂੰ ਜਦਾ ਵੀ ਇਦਾਂ ਆ ਨਹੀਂ ਸੰਭਾਵਨਾ ਆ ਕਿਉਂਕਿ ਪਿਛਲੇ ਸਮੇਂ ਜੁ ਹੁੰਦਾ ਰਿਆ ਸਰਕਾਰਾਂ ਜਿਹਦੀਆਂ ਮਰਜ਼ੀ ਸੀ ਸੰਧਾ ਵਾਲਿਆ ਸਭ ਤੁਸੀਂ ਦੇਖੋ ਕਿ ਇਸ ਵੇਲੇ ਜਦੋਂ ਕਿਸਾਨ ਦਿੱਲੀ ਚ ਬੈਠੇ ਆ ਬਹੁਤ ਸਾਰੇ ਲੋਕ ਇਸ ਗੱਲ ਦੇ ਨਾਲ ਸਹਿਮਤ ਹੁੰਦੇ ਆ ਰਲ ਕੇ ਖੇਤੀ ਨਹੀਂ ਹੋ ਸਕਦੀ ਸਹਿਕਾਰੀ ਖੇਤੀ ਨਹੀਂ ਹੋ ਸਕਦੀ ਕਿ ਭਾਈ ਜ਼ਮੀਨ ਆਪੋ ਆਪਣੀਆਂ ਸਾਂਝੇ ਤੌਰ ਦੇ ਉੱਤੇ ਖੇਤੀ ਕਰਕੇ ਜਿੰਨਾ ਜਿੰਨੀ ਉਪਜਾ ਵੰਡ ਕਿਉਂਕਿ ਉਹਦੇ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਉੱਥੋਂ ਬਾਰ-ਬਾਰ ਉਹ ਕਨਸੈਪਟ ਲਿਆਂਦਾ ਜਾ ਰਿਹਾ ਨੇ ਕਿ ਜੇ ਲਾਂਬੜਾ ਕਾਂਗੜੀ ਵਾਲੀ ਕੋਆਪਰੇਟਿਵ ਸੁਸਾਇਟੀ ਵਧੀਆ ਚੱਲ ਸਕਦੀ ਹੈ ਤਾਂ ਬਾਕੀ ਪੰਜਾਬ ਚ ਕਿਉਂ ਨਹੀਂ ਚੱਲ ਸਕਦੀ ਐ ਇਸ ਲਈ 900 ਪੰਜਾਬ ਦੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਖੇਤੀਬਾੜੀ ਦੀਆਂ ਜਿਹੜੀਆਂ ਵਾਅਦੇ ਚ ਨਹੀਂ ਜਿਹੜੀਆਂ ਮੁਨਾਫੇ ਚ ਨਹੀਂ ਉਹਨਾਂ ਦਾ ਮੁਨਾਫਾ ਵੰਡਿਆ ਜਾਂਦਾ ਲੋਕਾਂ ਨੂੰ ਚਾਰ ਪੈਸੇ ਆਉਂਦੇ ਆ ਸਾਰੀਆਂ ਘਾਟੇ ਚ ਨੇ ਆ ਗਿਆ 900 ਗਿਣਤੀ ਬਹੁਤ ਹੁੰਦੀ ਐ 13 ਜੇ 900 ਸੋਸਾਇਟੀਆਂ ਦਾ ਮਤਲਬ ਹਰ 15 ਪਿੰਡਾਂ ਦੇ ਪਿੱਛੇ ਇੱਕ ਸੋਸਾਇਟੀ ਹੈਗੀ ਆ ਜਿਹੜੀ ਕਿ ਵਾਧੇ 'ਚ ਆ। ਇਸ ਵੇਲੇ ਜੇ ਆਪਾਂ ਮੋٹے ਤੌਰ ਤੇ ਦੇਖੀਏ ਸਾਰੀਆਂ ਫੇਲ ਨਹੀਂ ਹੈ। ਹੁਣ ਜੇ ਸਾਰਾ ਕੁਝ ਉੱਪਰਲੇ ਪਾਸੇ ਨੂੰ ਚਲੇ ਗਿਆ, ਹੇਠਲੇ ਪਾਸੇੋਂ ਕੰਟਰੋਲ ਚਲਾ ਗਿਆ ਫਿਰ ਔਖਾ ਹੋ ਜਾਊਗਾ। ਪਰ ਇਹਦੇ ਵਿੱਚ ਇਹ ਨਹੀਂ ਕਿ ਇਕੱਲਾ ਕੇਂਦਰ ਸਰਕਾਰ ਦੇ ਉੱਤੇ ਉਂਗਲੀ ਉੱਠਦੀ ਹੈ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਹੁੰਦਾ ਕੀ ਸੀ ਜਿਹੜੀਆਂ ਕੋਆਪਰੇਟਿਵ ਸੋਸਾਇਟੀਆਂ ਨੇ ਉਹਨਾਂ ਨੂੰ ਧੱਕਾ ਕਿਦਾਂ ਲੱਗਦਾ। ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਜਿਹੜੇ ਦੋ ਤਰ੍ਹਾਂ ਦੇ ਖਾਦ ਡੀਏਪੀ ਤੇ ਯੂਰੀਆ ਉਹ ਦੋਨੋਂ ਖਾਦਾਂ ਦੀ ਇੱਕ ਰੇਸ਼ਿਓ ਸੀ ਕਿ 75% ਤੁਸੀਂ ਮਾਰਕਫਿਟ ਤੋਂ ਲੈਣਾ 25% ਇਫਕੋ ਤੋਂ ਲੈਣਾ ਹੁਣ ਪੰਜਾਬ ਸਰਕਾਰ ਦਾ ਇੱਕ ਹੁਕਮ ਆ ਗਿਆ ਜੀ ਕਿ ਸਾਰੇ ਦਾ ਸਾਰਾ ਖਾਦ ਮੁਨਾਫੇ ਵਾਲੀਆਂ ਸੁਸਾਇਟੀਆਂ ਘਾਟੇ ਵਾਲੀਆਂ ਨਹੀਂ ਤੁਸੀਂ ਮਾਰਕਫਿਟ ਤੋਂ ਖਰੀਦਣਾ ਹੁਣ ਉਹਨਾਂ ਨੂੰ ਜਿਹੜਾ ਤਾਂ ਹੈਗਾ ਡੀਏਪ ਜੇ ਇਫਕੋ ਤੋਂ ਲੈਂਦੇ ਆ ਤਾਂ ਸਾਢੇ 6 ਰੁਪਏ ਸਸਤਾ ਪੈਂਦਾ ਜੇ ਯੂਰੀਆ ਵੀ ਉਹਦੇ ਤੋਂ ਲੈਂਦੇ ਇਫਕੋ ਤੋਂ ਤਾਂ 4 ਰੁਪਏ ਸਸਤਾ ਪੈਂਦਾ ਇੱਕ ਬੋਰੇ ਪਿੱਛੇ ਜੇ ਸਾਰੇ ਦਾ ਸਾਰਾ ਉਹਨਾਂ ਨੇ ਮਾਰਕਫੇਟ ਤੋਂ ਲੈਣਾ ਹੈ ਜਿਹੜੇ ਕਿ 6 ਸਾਢੇ 6 ਰੁਪਏ ਤੇ 4 ਰੁਪਏ ਮਹਿੰਗਾ ਹਰ ਇੱਕ ਸੁਸਾਇਟੀ ਨੂੰ 50000 ਤੋਂ ਲੈ ਕੇ ਲੱਖ ਰੁਪਏ ਦਾ ਘਾਟਾ ਪਊਗਾ ਜਾਨੀ ਕਿ ਪੰਜਾਬ ਸਰਕਾਰ ਵੀ ਉੱਥੇ ਖੜੀ ਹੈ ਕਿ ਆਪਦੇ ادارے ਨੂੰ ਘਾਟੇ ਦੇ ਵਿੱਚੋਂ ਜੇ ਬਾਹਰ ਕੱਢਣਾ ਜਾਨੀ ਉੱਪਰਲੇ ਪਾਸੇ ਕਿ ਉਹਦਾ ਖਾਦ ਵਿਕ ਜਾਏ ਤੁਸੀਂ ਕੀਮਤ ਥੱਲੇ ਲਿਆਓ ਤੁਸੀਂ ਉਹਦਾ ਪ੍ਰਬੰਧ ਉਦਾਂ ਦਾ ਕਰੋ ਕਮਜ਼ੋਰੀਆਂ ਦੂਰ ਕਰੋ ਤੁਸੀਂ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਘਾਟੇ 'ਚ ਥੋੜੋ ਲੈ ਜਾਣਾ ਸਗੋਂ ਤੁਸੀਂ ਤਾਂ ਇਫਕੋ ਤੋਂ ਕਹੋ ਕਿ ਇੱਦਾਂ ਇਫਕੋ ਤੋਂ ਲਓ ਵੀ ਜਾਂ ਉਹਦੀ ਐਫੀਸ਼ੀਐਂਸੀ ਇੰਨੀ ਵਧਾਓ ਉਹਦੀ ਕਾਰਜਕੁਸ਼ਲਤਾ ਇੰਨੀ ਵਧਾਓ ਆਪਣੇ ਅਦਾਰੇ ਦੀ ਕਿ ਭਾਈ ਉਹਦਾ ਵੀ ਖਾਦ 19 ਰੁਪਈਆ ਦਾ ਹੋਵੇ ਭਾਵੇਂ ਘਾਟੇ ਵਾਲਿਆਂ ਨੂੰ ਵੀ 100% ਦੀ ਉਥੋਂ ਖਰੀਦਣ ਨੂੰ ਕਹਿ ਦੋ ਇਹਦੇ ਉੱਤੇ ਵੀ ਹੁਣ ਕਰਮਚਾਰੀ ਜਿਹੜੇ ਆ ਉਹਨਾਂ ਨੇ ਇਤਰਾਜ਼ ਕੀਤਾ ਕਿ ਭਾਈ ਕਿਤੇ ਇਦਾਂ ਨਾ ਹੋਵੇ ਉਧਰੋਂ ਤਾਂ ਗੱਲ ਉੱਪਰਲੇ ਪਾਸੇ ਘਟਦੇ ਸੀ ਰੈਂਦੀ ਸੁੰਦੀ ਸੰਗੀ ਤੁਸੀਂ ਘਟਦਿਓ ਹੁਣ ਨਹੀਂ ਇਹ ਤਾਂ ਹੋਊਗਾ ਦੇਖੋ ਗੱਲ ਇਹ ਆ ਵੀ ਇਹ ਆਪਾਂ ਇਸ ਤੋਂ ਪਹਿਲਾਂ ਕਦੇ ਗੱਲ ਨਹੀਂ ਸੀ ਸੁਣੀ ਤੇ ਆਮ ਤੌਰ ਤੇ ਨਾ ਹੋਰ ਕੋਈ ਮਤਲਬ ਦਸ ਧੋਖ ਨਿਕਲੇ ਨਾ ਨਿਕਲੇ ਜੀ ਇਹੋ ਜੀ ਨਿਕਲ ਆਉਂਦੀ ਹੁੰਦੀ ਆ ਵੀ ਸਰਕਾਰ ਸੋਚਦੀ ਪਈ ਐ ਇੱਕ ਨਵਾਂ ਆਦਾਰਾ ਬਣਾ ਲੈਣਾ ਨਵਾਂ ਮੰਤਰਾਲਾ ਬਣਾ ਲੈਣਾ ਫਰੁੱਦ ਇਚੇ ਦਾ ਹੋਊਗਾ ਇਹ ਦੇਖੋ 8 ਸੂਟਾ ਮਾਰੇ ਇਹ ਤਾਂ ਨਾ ਬੁੱਕਰ ਚ ਲਕੋ ਕੇ ਖੜ ਕੇ ਆ ਜਮਾ ਕੱਢੇ ਤੇ ਜਾ ਕੇ ਉਦਾਂ ਹੁਣ ਜਿਸ ਹਾਲ ਨਾ ਮੌਨਸੂਨ ਦੇ ਜਲਾਸ ਦੀਆਂ ਤਰੀਕਾਂ ਸੈੱਟ ਕਰਨ ਤੋਂ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਵਾਅਦਾ ਘਾਟਾ ਕਰਨ ਤੋਂ ਬਾਅਦ ਐਨ ਮੌਕੇ ਦੇ ਲੈਣ ਕੇ ਆਖਿਆ ਵੀ ਫੁਲਾਨੇ ਮੰਤਰੀ ਸਾਹਿਬ ਨੂੰ ਇੱਕ ਹੋਰ ਮੰਤਰਾਲਾ ਦਿੱਤਾ ਗਿਆ ਉਹ ਕਹਿੰਦੇ ਜੀ ਕਿਹੜਾ ਹੁਣੇ ਹੀ ਬਣਾਇਆ ਇਹ ਤਾਂ ਜਿਤਾਜਾ ਦਿੱਤਾ ਹੱਥ ਨਹੀਂ ਲੱਗਦਾ ਤੋਦੇ ਤੋਂ ਮੈਨੂੰ ਲੱਗਦਾ ਹੈ ਵੀ ਹੋ ਸਕਦਾ ਵੀ ਇਹ ਆ ਰਾਤੋਂ ਰਾਤ ਦਾ ਹੋਇਆ ਨਹੀਂ ਇਹਦੇ ਪਿੱਛੇ ਕਾਫੀ ਮਹੀਨਿਆਂ ਦੀ ਹੋ ਸਕਦਾ ਸਾਲਾਂ ਦੀ ਵੀ ਮਿਹਨਤ ਹੋਵੇ ਐਂਡ ਉਹ ਕੀ ਰੂਪਰੇਖਾ ਹੈ ਸਾਰਾ ਕੁਝ ਦੋ ਆਉਣ ਵਾਲੇ ਦਿਨਾਂ ਦੇ ਸਰਕਾਰ ਉੱਥੇ ਪਾਰਲੀਮੈਂਟ ਚ ਰੱਖੂਗੀ ਫਿਰ ਕਲੀਅਰ ਹੋ ਜਾਊਗਾ ਆਪਾਂ ਗੱਲ ਕਰ ਲਾਂ ਨਹੀਂ ਜ਼ਰੂਰੀ ਹੈ ਆਪਾਂ ਇਹਦੇ ਤੋਂ ਪਹਿਲਾਂ ਕਿ ਬਿਜਲੀ ਤੇ ਚਲੀਏ ਆਪਾਂ ਵਿਰਸਾ ਸਿੰਘ ਬਲਟੋਆ ਸਾਹਿਬ ਦੀ ਗੱਲ ਜ਼ਰੂਰ ਕਰਦੇ ਨਹੀਂ ਨਹੀਂ ਮੈਨੂੰ ਤਰਾਜ ਤੁਸੀਂ ਛੋਟੇ ਲੀਡਰ ਦੀ ਗੱਲ ਕਿੰਦਾ ਕਰਦੇ ਪ੍ਰਧਾਨ ਜੀ ਦੀ ਗੱਲ ਨਹੀਂ ਕਰਨੀ ਪਹਿਲਾਂ ਨਹੀਂ ਪ੍ਰਧਾਨ ਜੀ ਦੀ ਤਾਂ ਕਰਾਂਗੇ ਪਰ ਬਲਟੋਆ ਸਾਹਿਬ ਵੀ ਤਾਂ ਉਹਨਾਂ ਦੇ ਕਹੇ ਤੇ ਕਰਦੇ ਆ ਨਹੀਂ 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 ਪ੍ਰਧਾਨ ਜੀ ਉਦੇ ਤੋਂ ਬਾਅਦ ਉਹ ਕਹਿੰਦੇ ਬਾਸ ਸਾਡੇ ਨੂੰ ਕਰਦੇ ਆਂ। ਆਹ ਉਹਨੇ ਕਿਹ ਕਹਿ ਕੇ ਗੱਲ ਕੀਤੀ ਹੈ ਜਾਨੀ ਮੰਗ ਕੇ ਕਹਿੰਦਾ ਇੱਕ ਰੇਡ ਮੰਗ ਕੇ ਪਾਉਣੀ ਆ। ਨਹੀਂ 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 ਪਾਉਣੀ ਹੀ ਪੈਣੀ। ਤੁਸੀਂ ਇੱਥੇ ਬਲਟੋਆ ਸਾਹਿਬ ਬੈਠੇ ਹੋ ਨਾ ਆਪਣੇ ਸਾਗੇ। ਤੁਸੀਂ ਆ ਵੀ ਬਲਟੋਆ ਸਾਹਿਬ ਤੁਹਾਡੀ ਗੱਲ ਕਰ ਲਈਏ। ਕਿ ਪ੍ਰਧਾਨ ਜੀ ਦੀ ਕਰੀਏ? ਨਹੀਂ ਨਹੀਂ ਤਾਂ ਕਹਦਾ ਹਾਂ ਫਿਰ ਪ੍ਰਧਾਨ ਜੀ ਦੀ ਪਹਿਲਾਂ ਕਰੋ ਕਿ। ਚਲੋ ਆ ਜਾਓ ਜੀ ਪ੍ਰਧਾਨ ਜੀ ਦੀ ਗੱਲ ਇਹ ਆ ਵੀ ਦੇਖੋ ਮੈਂ ਬੜਾ ਹੈਰਾਨ ਸੀ ਕਿ ਜਦੋਂ 16 ਮੁੱਕਣ ਵਾਲਾ ਸੀ। ਹੂੰ ਹੂੰ। ਉਦੋਂ ਪੰਜਾਬ 'ਚ ਇੱਕ ਲਹਿਰ ਚੱਲ ਗਈ ਬੱਲੇ ਬੱਲੇ ਭਰਿਆ ਵੀ ਫਲਾਣਾ ਸਾਹਿਬ ਆਰਮ ਤੂੰ ਕਾਦਾ ਬਈ ਲੈ। ਤੈਨੂੰ ਪਤਾ ਹੀ ਨਹੀਂ ਹੈ ਕਮਲਾ ਸਰਕਾਰੀ ਬੈਂਕ ਦਾ ਕਰਜ਼ਾ ਮਾਫ ਪ੍ਰਾਈਵੇਟ ਦਾ ਮਾਫ ਸ਼ਾਹੂਕਾਰਾਂ ਦਾ ਮਾਫ ਔਰ ਜਿੱਥੋਂ ਵੀ ਕਿਤੇ ਕੋਈ ਕਰਜ਼ਾ ਲਿਆ ਤੈਨੂੰ ਕੋਈ ਲੋੜ ਨਹੀਂ ਫਾਰਮ ਭਰ ਕੇ ਦੱਸ ਦੇ ਮੈਂ ਫਲਾਣਾ ਸੋਂ ਵਲਦ ਫਲਾਣਾ ਸੋਂ ਪਿੰਡ ਆ ਪੱਤੀ ਆ ਐਨਾ ਕਰਜ਼ਾ ਬਸ ਖਤਮ ਕਾਣੀ ਇਹ ਜਦੋਂ ਰੌਲਾ ਪਿਆ ਸੀ ਵੀ ਕਾਂਗਰਸ ਪਾਰਟੀ ਆਏਗੀ ਤੇ ਸਾਰਿਆਂ ਦੇ ਕਰਜ਼ੇ ਤੇ ਲੀਕ ਮਾਰ ਦੇਣੀ ਉਦੋਂ ਇਹ ਸਾਰਾ ਕੰਮ ਹੋਇਆ ਸੀ ਮੈਨੂੰ ਇਹ ਲੱਗਦਾ ਵੀ ਜਿਹੜਾ ਵੀ ਸਦਾਰ ਸੁਬੀਰ ਸਿੰਘ ਬਾਦਸਾਹ ਨੇ ਕੋਈ ਸਲਾਹ ਕਰ ਰੱਖਿਆ ਉਹਨੇ ਸਲਾਹ ਦਿੱਤੀ ਆ ਵੀ ਪ੍ਰਧਾਨ ਜੀ ਦੇ ਕੋਲ ਹੋਰ ਕਿਸੇ ਪਾਸੇ ਗੱਲ ਬਣੇ ਨਾ ਬਣੇ ਇਹਦੇ ਇੱਕਦਾ ਛੱਕਾ ਮਾਰੂ ਰਵਾਇਤੀ ਵੋਟ ਬੈਂਕ ਰਵਾਇਤੀ ਵੋਟ ਬੈਂਕ ਹੈ ਨਾ ਹੁਣ ਜਿਹੜੀ ਗੱਲ ਉਹਨਾ ਇਹ ਕਹਿਤੀ ਵੀ ਦੇਖੋ ਜੀ ਜਿੰਨੀਆਂ ਵੀ ਹੁਣ ਤੱਕ ਦੀਆਂ ਸ਼ਹਾਦਤਾਂ ਹੋਈਆਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਿੰਨੇ ਵੀ ਜੀ ਜਿਹੜੇ ਨੇ ਉਹ ਛੱਡ ਕੇ ਤੁਰ ਗਏ ਜੌਣ ਵਾਲੇ ਦਿਨਾਂ ਤੱਕ ਜੇ ਇਹ ਕੰਮ ਚੱਲਦਾ ਵੋਟਾਂ ਤੱਕ ਜੇ ਕੋਈ ਕਿਸਦਾ ਨੁਕਸਾਨ ਹੁੰਦਾ ਤੇ ਇੱਕ ਤਾਂ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਇੱਕ ਜਿਹੜੇ ਬਾਲ ਬੱਚੇ ਨੇ ਉਹਨਾਂ ਦੇ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਤੱਕ ਐਮਏ ਕਰਾ ਦੇਣੀ ਹਾਂ ਹਾਂ ਫ੍ਰੀ ਪੜਾਈ ਕੋਈ ਪੈਸਾ ਨਹੀਂ ਰਈ ਗੱਲ ਪਰਿਵਾਰ ਦੀ ਜਿਹੜਾ ਬਚ ਗਿਆ ਉਹਦੇ ਇਲਾਜ ਦਾ ਵੀ ਕੋਈ ਟੈਨਸ਼ਨ ਲੈਣ ਲੋਣੀ ਬੀਮਾ ਕਰਾ ਦੇਣਾ ਖਰਚਾ ਸਰਕਾਰ ਦਊਗੀ। ਹੁਣ ਇਹ ਜਿਹੜਾ ਐਲਾਨ ਆ ਵੀ ਜੇ ਸਾਡੀ ਸਰਕਾਰ ਬਣੀ ਤੇ ਆ ਅਸੀਂ ਕੰਮ ਕਰ ਦੇਣਾ। ਇਹ ਵੀ ਤੇ ਮੈਨੂੰ 2016 ਵਾਲਾ ਐਲਾਨ ਹੀ ਲੱਗਦਾ। ਐ ਕਰਕੇ ਲੀਕ ਖਿੱਚੀ ਆ ਪਿਛਲੇ ਵਾਰੀ ਕੈਪਟਨ ਸਾਹਿਬ ਨੇ ਕੀਚੀ ਸੀ 4 ਹਫ਼ਤਿਆਂ ਚ ਨਸ਼ਿਆਂ ਬਾਬਤ। ਹਮ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿੰਦੇ ਸਰਕਾਰ ਤਾਂ ਬਣੀ ਪਈ ਆ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ। ਪਹਿਲੀ ਕੈਬਨਿਟ ਮੀਟਿੰਗ ਆ ਉਹਦੇ ਵਿੱਚ ਫੈਸਲਾ ਹੋ ਜਾਣਾ। ਕਿਸਾਨ ਸ਼ਹੀਦ ਹੋਏ ਆ। ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਇੱਕ ਜੀ ਨੂੰ ਸਰਕਾਰੀ ਨੌਕਰੀ ਨਾਰਦੀ ਨਾਲ ਸਿਹਤ ਦਾ ਬੀਮਾ ਨਾਲ ਦੀ ਨਾਲ ਐਮਏ ਤੱਕ ਨਿਆਣੇ ਦੀ ਪੜ੍ਹਾਈ ਬਹੁਤ ਚੰਗੀ ਗੱਲ ਹੈ ਜਿਸ ਸੁਖਪੀਰ ਸਿੰਘ ਬਾਦਲ ਸਾਹਿਬ ਨੇ ਸੋਚਿਆ ਉਪਰੋ ਕੈਪਟਨ ਸਾਹਿਬ ਨੇ ਨਾਲ ਲੱਗਦਾ ਰਿਐਕਟ ਕੀਤਾ ਪ੍ਰਤੀਕਿਰਿਆ ਪ੍ਰਤੀਕਰਮ ਦਿੱਤਾ ਉਹ ਕਹਿੰਦੇ ਜੀ ਅੱਛਾ ਗੱਲਾਂ ਹੀ ਨੇ ਕਹਿੰਦੇ ਰੌਲਾ ਹੀ ਆ ਕਹਿੰਦੇ ਜੇ ਕਦੇ ਮਾੜਾ ਮੋਟਾ ਕਾਗਜ਼ ਪੱਤਰ ਕੋ ਖੋਲ ਕੇ ਦੇਖ ਲੈਣ ਜਿੰਨੇ ਕਿਸਾਨ ਸ਼ਹੀਦ ਹੋਏ ਆ ਕਿਸਾਨ ਮੁਰਚੇ ਚ ਉਹਦੇ ਵਿੱਚ ਕਹਿੰਦੇ 70 ਫੀਸਦੀ ਦੇ ਪਰਿਵਾਰਾਂ ਨੂੰ ਤਾਂ ਅਸੀਂ ਪੈਸੇ ਦੇ ਰੂਪ ਦੇ ਵਿੱਚ ਮਦਦ ਦੇ ਵੀ ਚੁੱਕੇ ਆ ਬਾਕੀਆਂ ਦੇ ਕੇਸ ਜਿਹੜੇ ਅੰਡਰ ਪ੍ਰੋਸੈਸ ਅ ਚੰਦ ਦੇ ਨਾਲ ਜੇ ਦੇ ਦੇਣੇ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੇ ਲਈ ਕਹਿੰਦੇ ਪੇਪਰਵਰਕ ਸਾਰਾ ਚੱਲ ਰਿਹਾ ਮਹੀਨਾ ਖਾਂਡ ਅਟਕ ਜਾਓ ਤੁਹਾਡੇ ਲਈ ਕੰਮ ਹੀ ਕੋਈ ਨਹੀਂ ਬਚਣਾ ਬਹੁਤ ਵਧੀਆ ਗੱਲ ਹੈ ਹੁਣ ਤੁਸੀਂ ਇਹ ਗੱਲ ਦੇਖੋ ਕਿ ਸਾਰੀਆਂ ਹੀ ਪਾਰਟੀਆਂ ਕਿਸਾਨਾਂ ਨੂੰ ਐ ਚੱਕ ਕੇ ਮੂੰਹ 'ਚ ਪਾਉਣ ਨੂੰ ਫਿਰਦੀਆਂ ਪਹਿਲਾਂ ਕੇਂਦਰਾ ਨੇ ਕਿਹਾ 1 ਲੱਖ ਕਰੋੜ ਰੁਪਈਆ ਠੀਕ ਹੈ ਜੀ ਉਹਦੇ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਤਾਂ ਮੈਂ ਕਹਿੰਦਾ ਬਹੁਤ ਚੰਗਾ ਜੇ ਕਿਤੇ ਉਹ 500 ਤੋਂ ਵੱਧ ਪਰਿਵਾਰਕ ਮੈਂਬਰ ਸ਼ਹੀਦ ਹੋਏ ਆ ਕੁਝ ਪੰਜਾਬ ਦੇ ਕੁਝ ਹਰਿਆਣੇ ਦੇ ਕੁਝ ਬਾਕੀ ਸੂਬਿਆਂ ਦੇ ਉਹਨਾਂ ਦਾ ਰੋਟੀ ਪਾਣੀ ਚੱਲ ਜਾਏ ਕਿਸੇ ਨਿੱਕੇ ਨਾਲੇ ਨੌਕਰੀ ਮਿਲ ਜਾ ਨਿਆਣੇ ਪੜ ਜਾਣ ਉਹਦੇ ਨਾਲ ਦੀ ਰੀਸ ਕੋਈ ਨਹੀਂ ਪਰ ਪੜਾਉਣਾ ਕਿੱਥੇ ਆ ਹਮਮ ਐਵੇਂ ਸਰਕਾਰੀ ਕਾਲਜ ਚ ਕਰਾਉਣੀ ਆ ਸਰਕਾਰੀ ਕਾਲਜ ਦੇ ਵਿੱਚ ਫੀਸ ਨਾ ਲਾਉਂਗੇ ਪਾਸ ਬਣਾ ਦੇਉਗੇ ਜੇ ਪਾਸ ਬਣਾ ਦੇਉਗੇ ਰੋਡਵੇਜ ਕਿੱਥੇ ਆ ਉਹ ਨਾ ਕੈਪਟਨ ਸਾਹਿਬ ਦੇ ਵੇਲੇ ਪੂਰੀ ਚੱਲਦੀ ਸੀ ਨਾ ਥੋੜੇ ਵੇਲੇ ਪੂਰੀ ਚੱਲਦੀ ਸੀ 70% ਅਸਾਮੀਆਂ ਥੋੜੇ ਵੇਲੇ ਵੀ ਖਾਲੀ ਸੀ ਹੁਣ 75 ਹੋ ਗਈਆਂ ਵਧ ਕੇ ਕਿਹੜੇ ਕਿਸਾਨ ਦੇ ਨਿਆਣੇ ਨੂੰ ਸਰਕਾਰੀ ਕਾਲਜ ਚ ਐਮਏ ਕਰਾਉਣੀ ਤੁਸੀਂ ਹਮਮ ਜਾਣੀ ਜਾਣਤਾ ਇਹ ਕਹੋਣਾ ਕਿ ਅਸੀਂ ਇਹਨਾਂ ਨਿਆਣਿਆਂ ਨੂੰ ਐਮਏ ਕਰਾਉਣੀ ਆ ਸਰਕਾਰੀ ਕਾਲਜ ਦੇ ਵਿੱਚ ਪਰ ਉਹਦੇ ਤੋਂ ਪਹਿਲਾਂ ਵਾਅਦਾ ਕਰਦੇ ਆ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਹੀ ਸਰਕਾਰੀ ਸਕੂਲਾਂ ਦੀਆਂ ਜਿੱਥੇ ਉਹਨਾਂ ਦੀ ਨਿਆਣੇ ਪੜਾਉਣੇ ਆ ਤੇ ਸਰਕਾਰੀ ਕਾਲਜਾਂ ਦੀਆਂ ਸਾਰੀਆਂ ਅਸਾਮੀਆਂ ਭਰਾਂਗੇ ਦੂਸਰੀ ਗੱਲ ਲੋਕ ਯਕੀਨ ਕਰਨ ਕੈਪਟਨ ਸਾਹਿਬ ਤੋਂ ਵੀ ਕਰਨ ਕਿ ਦੇ ਦਿੱਤੇ ਪੈਸੇ ਇਹਨਾਂ ਤੇ ਵੀ ਕਰਨ ਪਰ ਸਵਾਲ ਇੱਥੇ ਪੈਦਾ ਹੁੰਦਾ ਪੰਜਾਬ ਦੇ ਇਹ ਦੋਨੋਂ ਹੀ ਸਿਆਸੀ ਪਾਰਟੀਆਂ ਦੇ ਸਿਰੇ ਦੇ ਲੀਡਰ ਕੈਪਟਨ ਸਾਹਿਬ ਵੇਲੇ ਵੀ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਤੇ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸਰਕਾਰ ਵੀ 10 ਸਾਲ ਰਹੀ ਬੱਡੇ ਬਾਦਲ ਸਾਹਿਬ ਮੁੱਖ ਮੰਤਰੀ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਦਾ ਸੀ ਬੰਦੇ ਇਹ ਹੀ ਸੀ ਕੈਪਟਨ ਸਾਹਿਬ ਵੀ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਸਾਰਿਆਂ ਨੂੰ ਪਤਾ ਸੀ ਕਿ ਖੁਦਕੁਸ਼ੀ ਹੁੰਦੀ ਹੈ ਸਾਰਿਆਂ ਨੂੰ ਪਤਾ ਸੀ ਕਰਜ਼ਾ ਪਰ ਅੱਧਿਓ ਵੱਧ ਫਾਈਲਾਂ ਰੱਦ ਕਿਉਂ ਹੋ ਜਾਂਦੀਆਂ ਸੀ ਉਹਨਾਂ ਨੂੰ ਖੁਦਕੁਸ਼ੀਆਂ ਦੇ ਬਾਵਜੂਦ ਮੁਆਵਜ਼ਾ ਮਿਲਦਾ ਕਿਉਂ ਨਹੀਂ ਸੀ ਪੋਸਟਮਾਰਟਮ ਨਹੀਂ ਕਰਾਇਆ ਜ਼ਮੀਨ ਤਾਂ ਬਾਪੂ ਦੇ ਨਾਂ ਆ ਖੁਦਕੁਸ਼ੀ ਮੁੰਡਾ ਕਰਕੇ ਗਿਆ ਨਹੀਂ ਨਹੀਂ ਜੀ ਉਹ ਕਰਜ਼ਾ ਤਾਂ ਬਾਪੂ ਦੇ ਨਾਂ ਆ ਖੁਦਕੁਸ਼ੀ ਤਾਂ ਮੁੰਡੇ ਨੇ ਕਰ ਲਈ ਐ ਨਹੀਂ ਜੀ ਉਹ ਫਿਰ ਐਫ ਆਈ ਆਰ ਤਾਂ ਦਰਜ ਹੀ ਨਾ ਕਰਾਈ ਕਮੇਟੀ ਬਣਾਤੀ ਐ ਕਮੇਟੀ ਡੇ ਡੇ ਸਾਲ ਕਮੇਟੀਆਂ ਦੇ ਕੋਲੇ ਫਾਈਲਾਂ ਰੁੜੀਆਂ ਉਹ ਵੀ ਤਾਂ ਪਰਿਵਾਰੀ ਸੀ ਅੱਜ ਇਹ ਮੁੱਦਾ ਗਰਮਾਇਆ ਅੱਜ ਇਹਦੇ ਤੋਂ ਵੋਟਾਂ ਮਿਲਦੀਆਂ ਕੈਪਟਨ ਸਾਹਿਬ ਵੀ ਝੱਟ ਬੋਲਦੇ ਆ ਤੇ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਝੱਟ ਬੋਲਦੇ ਆ ਕੇਂਦਰ ਵਾਲੇ ਵੀ ਹੋਰ ਵਿਰੋਧੀ ਪਾਰਟੀਆਂ ਵੀ ਬੋਲਣਗੀਆਂ ਪਰ ਕਿਤੇ ਨਾ ਕਿਤੇ ਨਾ ਭਾਜਪਾ ਵਾਲੇ ਕੇਂਦਰ ਚੋਂ ਨਾ ਸੁਖਵੀਰ ਸਿੰਘ ਬਾਦਲ ਤੇ ਨਾ ਕੈਪਟਨ ਅਮਰਿੰਦਰ ਸਿੰਘ ਇਸ ਪੱਖੋਂ ਕੋਈ ਗੱਲ ਨਹੀਂ ਕਰਦਾ ਕਿ ਜਿਹੜੇ ਦਿੱਲੀ ਸ਼ਹੀਦ ਹੋਇਆ ਗਏ ਕਾਦੇ ਕਰਕੇ ਸੀ ਇਸ ਗੱਲ ਨੂੰ ਕੋਈ ਬੰਦਾ ਗੱਲ ਨਹੀਂ ਕਰਦਾ ਕਿ ਜਿਹੜੇ ਪਹਿਲਾਂ ਖੁਦਕੁਸ਼ੀਆਂ ਕਰ ਗਿਆ ਸੀ ਖੁਦਕੁਸ਼ੀਆਂ ਕੀਤੀਆਂ ਕਿਹੜੀ ਗੱਲਾਂ ਸੀ ਕਾਰਨ ਦੂਰ ਕਰੋਗੇ ਖੇਤੀਬਾੜੀ ਨੂੰ ਮੁਨਾਫੇ ਵਾਲੀ ਬਣਾਓਗੇ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੋਗੇ ਜੇ ਕੇਰਲਾ ਵਾਲੇ ਸਥਿਤੀਆਂ ਵੱਖਰੀਆਂ ਨੇ ਉੱਥੇ ਥੋੜਾ ਹੁੰਦਾ ਸਾਡੇ ਬਹੁਤਾ ਹੁੰਦਾ ਪਰ ਬਹੁਤਾ ਹੁੰਦਾ ਤਾਂ ਕੀ ਪ੍ਰਬੰਧ ਨਹੀਂ ਕਰਨਾ ਫਲਾਂ ਦੀ ਤੇ ਸਬਜ਼ੀਆਂ ਦੀ ਐਮਐਸਪੀ ਚਾਲੂ ਕਰੋਗੇ ਕੋਲਡ ਸਟੋਰੇਜ ਦੀ ਚੇਨ ਬਣਾਓਗੇ ਬੋਲਦੇ ਕੋਈ ਨਹੀਂ ਮਰਿਆਂ ਦੇ ਉੱਤੇ ਬਵਾਬਜਾ ਦੇਣ ਨੂੰ ਸਾਰੇ ਕਾਲੇ ਆ ਦੇਖੋ ਜੀ ਗੱਲ ਇਹ ਨਹੀਂ ਇਹੋ ਦੀ ਇੱਕ ਚੀਜ਼ ਆ ਮੈਨੂੰ ਨਾ ਪਤਾ ਨਹੀਂ ਕਿਉਂ ਤੁਹਾਡੀਆਂ ਗੱਲਾਂ ਕਰਦਿਆਂ ਕਰਦਿਆਂ ਸੁਣਦਿਆਂ ਸੁਣਦਿਆਂ ਜਦ ਤੁਸੀਂ ਕਿਹਾ ਵੀ ਹਰੇਕ ਦਾ ਧਿਆਨ ਹੈ ਇਸ ਵਕਤ ਨਾ ਕਿਸਾਨਾਂ ਵਾਲੇ ਪਾਸੇ ਲੱਗਿਆ ਵੀ ਯਾਰ ਇਹ ਇੱਕ ਲਵੇਰੀ ਮੱਝ ਆ ਤੇ ਝੋਲੀਏ ਥਾਪੀ ਦੇਖੇ ਇਹਦਾ ਮੈਨੂੰ ਲੱਗਦਾ ਆਂ ਆ ਵੀ ਜਿੱਦਾਂ ਨਾ ਮਤਲਬ ਮੱਝ ਇੱਕੋ ਇੱਕ ਮੱਝ ਹੈ ਤੱਬਰ ਦੇ ਜੀਵ ਆਵਾ ਹੁਣ ਇਹ ਆ ਵੀ ਮੱਝ ਝੋਣੀ ਆ ਸੁਇਰੇ ਤੜਕੇ ਮੇਰੇ ਨਿਆਣਾ ਨਿਕਾ ਉਹਨੂੰ ਮਲਾਂ ਹਰੇ ਦੀ ਟੋਕਰੀ ਦੇ ਅਗਲੇ ਪਾਸੇ ਨਾ ਆਟੇ ਦੀ ਥਾਲੀ ਲੈ ਕੇ ਬਿਠਾਇਆ ਤੂੰ ਉਹ ਥੋੜਾ ਥੋੜਾ ਐ ਕਰਕੇ ਪਾਣਾ ਹੈ ਨਾ ਹੌਲੀ ਹੌਲੀ ਮੁੱਕੇ ਨਾ ਹਾਂ 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 ਮਾੜਾ ਜਾਂ ਫੁੜਕੜਾ ਜਾਂ ਨਾ ਮਾਰੇ ਜੇ ਮਾਰੇ ਵੀ ਨਾ ਤਾਂ ਮਾੜਾ ਜਾਂ ਸਿਰ ਪਲੋਸਦੀਆਂ ਨਾ ਹਿੱਲੇ ਨਾ ਉਧਰੋਂ ਪਿੱਛੇ ਪਾ ਪਾਈ ਉਹਨਾਂ ਨੇ ਕਿਹਾ ਵੀ ਵੇਖੋ ਬਾਕੀ ਦੇ ਠੀਕ ਆ ਪਰ ਇਹ ਨਾ ਬਦੋ ਬਦੀ ਵਿੱਚ ਪੈਰ ਰੱਖ ਦਿੰਦੀ ਹੁੰਦੀ ਹੈ ਕਿਸੇ ਵੇਲੇ ਕੋਈ ਗੱਲ ਨਹੀਂ ਪਾ ਤੂੰ ਮਾੜਾ ਜਾਂ ਮਾੜੀਆਂ ਮੱਖੀਆਂ ਲਾਓ ਜੂੜ ਪਾ ਇੱਕ ਲੱਤਾਂ ਨੂੰ ਜੂੜ ਪਾ ਲੈਣਾ ਕਈ ਪਾਸੇ ਨਿਆਣਾ ਵੀ ਕਹਿੰਦੇ ਉਹਨੂੰ ਜੜ ਜ ਰਸੀ ਪਾਲਣੀ ਆ ਤੁਹਾਨੂੰ ਵੀ ਪੁੱਤੇ ਤਾਂ ਕਰ ਪੂਛ ਨੂੰ ਗੰਡ ਵੀ ਦੇ ਦੀ ਪੂਛ ਨੂੰ ਗੰਡ ਦੇ ਕੇ ਨਾ ਫਿਰ ਕਹਣਾ ਬੀਬੀ ਐਂ ਕਰ ਤੂੰ ਨਾ ਫੱਟੀ ਲੈ ਕੇ ਬਈ ਤੇ ਧਿਆਨ ਰੱਖੀ ਥੋੜਾ ਜਿਹਾ ਜੇਹ ਭੁੜਕੀ ਤੇ ਫਿਰ ਮੈਂ ਵੇਚਦਾ ਤੂੰ ਪਾਪਾ ਡਾਂਗ ਕੋਲ ਰੱਖ ਕੇ ਨੂੰ ਖਾਈ ਨਾ ਡਾਂਗ ਚਾਹੀਦੀ ਜਰੂਰ ਪਰ ਦੇਸੀ ਨਾ ਜਦੋਂ ਹੁੰਦਾ ਨਾ ਵੀ ਹਾਂ ਪਚਕਾਰ ਪਚਕੂਰ ਕੇ ਥਾਪੀ ਥੂਪੀ ਨਾ ਚੋਲੀ ਉਦੋਂ ਬਾਅਦ ਕੀ ਹੁੰਦਾ ਪਾਪੇ ਨੇ ਫਿਰ ਆ ਲੈ ਜਾ ਥਾਲੀ ਅੰਦਰ ਪਰ ਆਟੇ ਦੀ ਸਿਆਪਾ ਖਾਣਾ ਇਹਨੇ ਪਤਾ ਨਹੀਂ ਡੰਕਰ ਪਤਾ ਨਹੀਂ ਕਿੱਥੇ ਮੈਂ ਵੇਦਣੀ ਇਹ ਮੈਂ ਤਾਂ ਰੱਖਣੀ ਇਹ ਅੱਧੇ ਨੂੰ ਬਾਅਦ ਇਹ ਵੀ ਚੇਤਾ ਭੁੱਲ ਜਾਂਦਾ ਵੀ ਯਾਰ ਮੱਝ ਦੀ ਪੂਛ ਵੀ ਖੋਲਣੀ ਆ ਤੇ ਉਹੋ ਹੀ ਮੱਝ ਦੁਪਹਿਰੇ ਘਰਕ ਦੀ ਹੁੰਦੀ ਕਈਆਂ ਧੁੱਪੇ ਦੇ ਫੇਰ ਕੋ ਪੁੱਛੇ ਯਾਰ ਮੱਝ ਨਹੀਂ ਛਾਵੇਂ ਕੀਤੀ ਅੱਛਾ ਕੀਤੀ ਨਹੀਂ ਕਿਸੇ ਨੇ ਕੁਝ ਨਹੀਂ ਹੋ ਚੱਲਿਆ ਕੋਈ ਗੱਲ ਨਹੀਂ ਛਾਂ ਆ ਜਣੀਆ ਹੋਰ ਘੜੀ ਆ ਉਹ ਸੂਰਜ ਦੇ ਕਿੱਥੇ ਗਿਆ ਤੇ ਜਦੋਂ ਸ਼ਾਮ ਨੂੰ ਚੋਣੀ ਆ ਮਤਲਬ 5 ਸਾਲ ਦੀਆਂ ਵੋਟਾਂ ਪਹਿਲੀ ਵਾਰ ਸਵੇਰੇ ਚੋਲੀ ਜਦੋਂ ਸ਼ਾਮ ਨੂੰ ਫੇਰ ਚੋਣੀ ਫਿਰ ਉਹ ਲਿਆਓ ਆਟਾ-ਉਟਾ ਥਾਲੀ ਜ ਗਈ ਚੋਈਏ ਫੇਰ ਮੱਝ ਸੰਧਾਲੀ ਅਸਰ ਤੁਸੀਂ ਕਿਹਾ ਸੀ ਨਾ ਕਿਸਾਨ ਮੁੱਦਾ ਜਿਹੜਾ ਇਹਨਾਂ ਨੂੰ ਲਵੇਰੀ ਮੱਝ ਵਰਗਾ ਲੱਗਦਾ ਐਦ ਕੀ ਲਵੇਰੀ ਮੱਚ ਪਹਿਲਾਂ ਰਗੀ ਨਹੀਂ ਇਹ ਵੀ ਹੌਲੀ ਜਣੀ ਵਿੰਗੀ ਟੇਢੀ ਹੋ ਗਿਆ ਆਪਦੇ ਕੱਟੜੂ ਬਸ਼ਰੂ ਵਾਲੀ ਹੋ ਜਾਂਦੀ ਆ ਕੋਈ ਗੱਲ ਨਹੀਂ ਭਾਈ ਤੇਰਾ ਹੱਕ ਬਣਦਾ ਤੂੰ ਹੀ ਚੱਲ ਇਹਨਾਂ ਨੂੰ ਫਿਰ ਮੈਂ ਦੇਖਦੀ ਆ ਉਦੋਂ ਫਿਰ ਜਦੋਂ ਉਹ ਮਾਰਦੀ ਨਾ ਪਹਿਲੀ ਵਾਰੀ ਪੂਛ ਉਹ ਵੀ ਫਿਰ ਦੁੱਧ ਚੋਣ ਵਾਲੀ ਜਿਹੜੀ ਸਿਆਸੀ ਪਾਰਟੀਆਂ ਦੀ ਬੀਬੀ ਆ ਉਹਦੇ ਪੁਲਿਸ ਵਾਲਿਆਂ ਦੇ ਪਟਿਆਂ ਨੂੰ ਲੱਗਦੀ ਆ ਵਲਟੋਆ ਸਾਹਿਬ ਨਾ ਰਹਿ ਜਾਣ ਨਹੀਂ ਵਲਟੋਆ ਸਾਹਿਬ ਦੀ ਗੱਲ ਕਰੋ ਜੀ ਵਲਟੋਆ ਸਾਹਿਬ ਨੇ ਹੁਣ ਜੀ ਸਾਹਿਬ ਨਾ ਇਹ ਗੱਲ ਖਿੱਚ ਲਿਆਂਦੀ ਏ ਉਹ ਮੈਨੂੰ ਐਂ ਲੱਗਦਾ ਵੀ ਹੌਲੀ ਹੌਲੀ ਹੋਰ ਕੁਝ ਹੋਵੇ ਨਾ ਹੋਵੇ ਦੇਖੋ ਇੱਕ ਪਾਸਿਓਂ ਤੁਰਨੇ ਪੰਜਾਬ ਦੇੋਂ ਹ ਪਰ ਮਾਰੋ ਟਡਨੀਆਂ ਵਾਲਿਆਂ ਦਾ ਕੀਤੀ ਜਾਵੇ ਤੁਸੀਂ ਦੇਖੋ ਕਿ ਬੰਬਈ ਦੇ ਵਿੱਚ ਫੜ ਹੋਇਆ ਨਸ਼ਾ ਪੱਤਾ ਮਾਝੇ ਤੋਂ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੋਈ ਕਿ ਭਾਈ ਉਹ ਅਫਗਾਨਿਸਤਾਨ ਤੋਂ ਜਿਪਸਮ ਆਰਡਰ ਕਰਦਾ ਸੀ ਤੇ ਉਹਦੇ ਰਾਹੀਂ ਨਸ਼ਾ ਲਿਆਉਂਦਾ ਸੀ ਨਸ਼ਾ ਪਹਿਲਾਂ ਕਹਿੰਦੇ ਸੀ ਕਿ ਭਾਈ ਬੰਦਰਗਾਹ ਦੇ ਉੱਤੇ ਲੱਗਦਾ ਸੀ ਕਿਉਂਕਿ ਸੜਕੀ ਵਪਾਰਤਾ ਬੰਦ ਆ ਸਮੁੰਦਰੀ ਜਹਾਜ਼ ਚ ਆਉਂਦਾ ਸੀ ਉੱਥੋਂ ਪੰਜਾਬ 'ਚ ਲਿਆਉਣਾ ਸੀ ਬਾਅਦ 'ਚ ਪਤਾ ਲੱਗਾ ਪੰਜਾਬ 'ਚ ਨਹੀਂ ਸੀ ਲਿਆਉਣਾ ਵਿਦੇਸ਼ ਜਾਣਾ ਸੀ ਕਿੱਥੇ ਜਾਣਾ ਰੱਬ ਜਾਣਦਾ ਪਰ ਹੁਣ ਉਸ ਮੁੱਦੇ ਦੇ ਉੱਤੇ ਜਦੋਂ ਬਿਰਸਾ ਸਿੰਘ ਬਲਟੋਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲਾਂ ਤਾਂ ਉਹਨਾਂ ਨੇ ਕਾਂਗਰਸੀ ਵਿਧਾਇਕ ਜਿਹੜੇ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਉਹਨਾਂ ਤੇ ਦੋਸ਼ ਲਾਇਆ ਤੇ ਦੋਸ਼ ਸਦਾਗਰ ਸਦਾਗਰ ਕਹਿ ਕੇ ਲਾਇਆ ਉਹਨਾਂ ਤੇ ਚਲੋ ਠੀਕ ਹੈ ਪਿਛਲੀ ਵਾਰ ਵੀ ਮਾਝੇ ਦੀ ਧਰਤੀ ਤੇ ਇਦੀ ਦੋਸ਼ ਲੱਗਦੇ ਸੀ ਮੁੜ ਕੇ ਮਾਫੀਆਂ ਤੱਕ ਦਾ سلسلہ ਵੀ ਗਿਆ ਉਦੇ ਤੋਂ ਬਾਅਦ ਉਹਨਾਂ ਨੇ ਅਗਲੀ ਗੱਲ ਜਿਹੜੀਆਂ ਫੋਟੋਆਂ ਦਿਖਾ-ਦਿਖਾ ਕੇ ਕਹਿਤੀ ਕਿ ਪਾਈ ਆਹ ਦੇਖੋ ਇੱਕ ਬੰਦਾ ਮੁੰਡਾ ਕੈਨੇਡਾ 'ਚ ਵੀ ਫੜ ਹੋਇਆ ਉਹ ਜਿਹੜਾ ਮੁੰਡਾ ਕੈਨੇਡਾ 'ਚ ਫੜ ਹੋਇਆ ਉਹਦੇ ਪਿਤਾ ਜੀ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਗਨਮੈਨ ਨੇ ਉਹ ਢੱਡਰੀਆਂ ਵਾਲਿਆਂ ਤੱਕ ਗੱਲ ਲਿਆਂਦੀ ਕਿ ਪਾਈ ਉਹ ਕਹਿੰਦੇ ਜਿਹੜੀ ਏਜੰਸੀ ਇਹ ਸਾਰੇ ਕੇਸ ਦੀ ਜਾਂਚ ਕਰਦੀ ਆ ਪਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਵੀ ਜਾਂਚ ਕਰੇ ਪੁੱਛਗਿੱਛ ਕਰੇ ਪੁੱਛਗਿੱਛ ਤਾਂ ਹੋਣੀ ਚਾਹੀਦੀ ਆ ਪੁੱਛਗਿੱਛ ਕਿਉਂ ਨਹੀਂ ਕਰਨੀ ਚਾਹੀਦੀ ਹੁਣ ਵਿਰਸਾ ਸਿੰਘ ਬੁਲਟਵਾਵਰਾਂ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਹਾ ਕਹਿੰਦੇ ਢੱ ਤੰਗ ਤਰੀਕਾ ਇਹ ਬਦਲ ਦਿੱਤਾ ਬੜਾ ਕੁਝ ਉਹਨਾਂ ਨੇ ਕਿਹਾ ਹੁਣ ਮੈਨੂੰ ਐਂ ਲੱਗਦਾ ਕਿ ਭਾਈ ਇੱਕੋ ਦਾਮੇ ਮਸਲਾ ਰੌਸ਼ਨੀ ਚਾਉਣਾ ਕੁਝ ਲੋਕ ਵਿਰਸਾ ਸਿੰਘ ਬਲਟੋਆ ਉਹਨਾਂ ਦੇ ਪਿੱਛੇ ਪੈਣ ਕੇ ਬਿਆਨਤਾ ਹੋਣੀ ਆ ਢੜਰੀਆਂ ਵਾਲਿਆਂ ਦੇ ਵੀ ਪੈਰੋਕਾਰ ਬਥੇਰੇ ਉਹਨਾਂ ਨੇ ਵੀ ਕਿਹਾ ਉਹ ਕਹਿੰਦੇ ਗੱਲ ਵਿਦੇਸ਼ ਤੱਕ ਜਾਂਦੀ ਆ ਇੱਕ ਬੰਦਾ ਵਿਦੇਸ਼ ਦੇ ਵਿੱਚ ਵੀ ਫੜ ਹੋਇਆ ਸੀ ਤੇ ਢੜਰੀਆਂ ਵਾਲਿਆਂ ਦੇ ਪੈਰੋਕਾਰ ਵਿਦੇਸ਼ ਦੇ ਵਿੱਚ ਵੀ ਬਹੁਤ ਆ ਐਂ ਲੱਗਦਾ ਕਿ ਮਸਲਾ ਹੂਰ ਪਾਸੇ ਸੀ ਪਰ ਹੁਣ ਇਹਨੇ ਰਾਜਸੀ ਤੂਲ ਜੜੀ ਆ ਕਿਉਂਕਿ ਸਿੱਕੀ ਸਾਹਿਬ ਨੇ ਕਿਹਾ ਚੁੱਪ ਰਹਿਣਾ ਢੜਰੀਆਂ ਵਾਲਿਆਂ ਦੇ ਪੈਰੋਕਾਰ ਕਿਹੜਾ ਚੁੱਪ ਰਹਿਣਗੇ ਬਿਆਨ ਉਹਨਾਂ ਦਾ ਵੀ ਯਾ ਹੈਲੋ ਨਾਲ ਮਨ ਲੱਗਦਾ ਵੀ ਹੋ ਸਕਦਾ ਵੀ ਉਹ ਫੇਰ ਯਾਦ ਕਰਾ ਦੇਣ ਜੇ ਨਹੀਂ ਕਿਸੇ ਨੂੰ ਯਾਦ ਤੇ ਆਪਾਂ ਕਰਾ ਦੇਣ ਵੀ ਥੋੜੇ ਜਿ ਦਿਨ ਪਹਿਲਾਂ ਢੱਡਰੀਆਂ ਵਾਲਿਆਂ ਨੇ ਬਿਆਨ ਜ਼ਰੂਰ ਦਿੱਤਾ ਸੀ ਉਹ ਐਸਆਈ ਟੀਮ ਨੂੰ ਹਮ ਹਮ ਮੈਨੂੰ ਹੋ ਸਕਦਾ ਵੀ ਉਹ ਜਿਹੜਾ ਬਿਆਨ ਦਿੱਤਾ ਸੀਗਾ ਉਹਦੀ ਕਿਤੇ ਗਰਮੀ ਗਰਮੀ ਖਾ ਕੇ ਬਲਟੋਆ ਆ ਗਿਆ। ਉਹ ਉਧਰੋਂ ਦੀ ਸਰਕਾਰ ਦਾ ਜ਼ਿਕਰ ਵੀ ਕੀਤਾ ਸੀ ਉਹਨਾਂ ਨੇ ਬਾਹਰ ਆ ਕੇ ਪ੍ਰੈਸ ਦੇ ਕੋਲ ਅੰਦਰ ਕੀਤਾ ਕਿ ਨਹੀਂ ਕੀਤਾ ਪਤਾ ਨਹੀਂ। ਆਹੀ ਆਹੀ ਮੈਨੂੰ ਲੱਗਦਾ ਵੀ ਹੋ ਸਕਦਾ ਨਾ ਕਿ ਉਹ ਕਿਨੇ ਇਧਰੋਂ ਚੇਤਾ ਕਰਾ ਦੇ ਬਲਟੋਆ ਸਭ ਇੱਕ ਬਾਬਾ ਜੀ ਆ ਯਾਰ ਉਧਰੋਂ ਕੁਝ ਸੋਚ। ਅੱਛਾ ਲਾਓ ਵੇ ਕਾਗਜ਼ ਕੋ ਗੱਲ ਨਹੀਂ ਕਰੋ ਪ੍ਰੈਸ ਕਾਨਫਰੰਸ ਹੋਣੀ ਮਿਲਣੀ ਨੇ ਬਾਬੇ ਨੂੰ। ਮੈਨੂੰ ਆ ਤੁਹਾਡੇ ਬਿਆਨ ਤੋਂ ਚੇਤਾ ਆਇਆ ਪਰਮਰਾਜ ਸਿੰਘ ਬਨਾਰੰਗਲ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਰਹੇ। ਜੀ। ਉਮਰਾਨੰਗਲ ਸਾਹਿਬ ਪਹਿਲੀ ਵਾਰੀ ਪ੍ਰੈਸ ਦੇ ਰੂਬਰੂ ਹੋਏ ਕਿਉਂਕਿ ਜਦੋਂ ਦਾ ਕੋਟਕਪੂਰਾ ਗੋਲੀਕਾਂਡ ਚੱਲਦਾ ਇੱਕ ਚਰਚਾ ਇਹ ਚੱਲਦੀ ਸੀ ਕਿ ਉਮਰਾਨੰਗਲ ਹੋਰਾਂ ਦੀ ਕੋਈ ਉੱਥੇ ਡਿਊਟੀ ਨਹੀਂ ਸੀ ਸਪੈਸ਼ਲ ਆਏ ਟੈਲੀਫੋਨ ਉਹਨਾਂ ਦੇ ਕੰਨ ਨੂੰ ਲੱਗਾ 20 ਚੀਜ਼ਾਂ ਚੱਲਦੀਆਂ ਸੀ ਉਹਨਾਂ ਨੇ ਕਦੇ ਆਪਣੇ ਤੌਰ ਦੇ ਉੱਤੇ ਗੱਲ ਨਹੀਂ ਸੀ ਕੀਤੀ ਹੁਣ ਉਹਨਾਂ ਨੇ ਪ੍ਰੈਸ ਦੇ ਨਾਲ ਗੱਲ ਕੀਤੀ ਉਹ ਪਹਿਲੀ ਗੱਲ ਉਹ ਕਹਿੰਦੇ ਕਿ ਨਾਰਕੋਟੈਸਟੋ ਕਹਿੰਦੇ ਸੀ ਅਸੀਂ ਕਰਾਉਣਾ ਚਾਹੁੰਦੇ ਐ ਐਸਆਈਟੀ ਵਾਲੇ ਕੋਟਕਪੂਰਾ ਗੋਲੀਕਾਂਡ ਵਾਲੇ ਮਸਲੇ 'ਚ ਜਿਹਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਕੀਤੀ ਤੇ ਰੱਦ ਹੋ ਗਈ ਸੀ ਉਹ ਕਹਿੰਦੇ ਮੈਂ ਕਿਹਾ ਇੱਕ ਵਾਰੀ ਨਹੀਂ ਪੰਜ ਵਾਰੀ ਕਰਾ ਲਓ ਮੈਂ ਕਹਿੰਦੇ ਲਿਖਤੀ ਕੰਸੈਂਟ ਦੇ ਆਇਆ ਹਮਤੀ ਦੇ ਆਇਆ ਕਿ ਮੈਂ ਕਰਾਉਣ ਨੂੰ ਤਿਆਰ ਆ ਦੱਸੋ ਕਿਦਣ ਕਰਾਉਣਾ ਉਹ ਕਹਿੰਦੇ ਪੰਜ ਵਾਰੀ ਵੀ ਕਰਾ ਲਓ ਪਰ ਮੈਂ ਨਾਲੇ ਵੀ ਬੇਨਤੀ ਕੀਤੀ ਆ ਕਿ ਕੁੰਬਰ ਵਿਜੇ ਪ੍ਰਤਾਪ ਸਿੰਘ ਦਾ ਵੀ ਕਰਾਓ ਕਿ ਉਸ ਬੰਦੇ ਨੇ ਇੱਕ ਪਾਸੜ ਜਾਂਚ ਕੀਤੀ ਕਰ ਨਹੀਂ ਕੀਤੀ ਠੀਕ ਹੈ ਫਿਰ ਉਹਨਾਂ ਨੂੰ ਪੁੱਛਿਆ ਕਿ ਉਮਰਾਨ ਸਿੰਘ ਸਾਹਿਬ ਬਾਕੀ ਗੱਲ ਤਾਂ ਠੀਕ ਆ ਡਿਊਟੀ ਅਥੋਰਟੀ ਸੀਗੀ ਨਹੀਂ ਉੱਥੇ ਵੀ ਕਿਦਾਂ ਪਹੁੰਚ ਗਿਆ ਉਹ ਕਹਿੰਦੇ ਮੈਂ ਤਾਂ ਮੀਡੀਏਟਰ ਦੇ ਤੌਰ ਤੇ ਆਇਆ ਸੀ ਮੈਂ ਇਸ ਇਲਾਕੇ ਚ ਬਹੁਤ ਵਾਰੀ ਤਾਇਨਾਤ ਰਿਆਂ ਫਿਰ ਕਿ ਆਪੇ ਹੀ ਆ ਗਿਆ ਕਹਿੰਦੇ ਨਹੀਂ ਜੀ ਮੈਂ ਡੀਜੀਪੀ ਸਾਹਿਬ ਦੇ ਕਹਣ ਤੇ ਆ ਤੇ ਡੀਜੀਪੀ ਸੁਮੇਧ ਸੈਣੀ ਸਾਹਿਬ ਸੀ ਉਸ ਵੇਲੇ ਮੈਂ ਤਾਂ ਡੀਜੀਪੀ ਸਾਹਿਬ ਨੇ ਕਿਹਾ ਤੇ ਮੈਂ ਤਾਂ ਆਇਆ ਫਿਰ ਕਹਿੰਦੇ ਮੈਨੂੰ ਬਾਈਬਲ ਕਾਲ ਵਾਲੇ ਮਸਲੇ 'ਚ ਉਦਾਂ ਹੀ ਫਸਾਇਆ ਮੈਂ ਤਾਂ ਉੱਥੇ ਗਿਆ ਵੀ ਨਹੀਂ ਕਹਿੰਦੇ ਸੌਂ ਖਾ ਲੈਣ ਮੇਰਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਅਗਲੀ ਗੱਲ ਜਿਹੜੀ ਆ ਉਹਨਾਂ ਨੂੰ ਪੁੱਛਿਆ ਫਿਰ ਗੋਲੀ ਕਹਿੰਦੇ ਜੀ ਗੋਲੀ ਚਲਾਉਣ ਦਾ ਹੁਕਮ ਦਿੱਤਾ ਉਹ ਕਹਿੰਦੇ ਮੈਜਿਸਟ੍ਰੇਟ ਸਾਹਿਬ ਨੇ ਦਿੱਤਾ ਮੈਨੂੰ ਸੱਦਿਆ ਕਹਿੰਦੇ ਡੀਜੀਪੀ ਸਾਹਿਬ ਨੇ ਮੈਂ ਉੱਥੇ ਆਇਆ ਮੈਂ ਕੋਸ਼ਿਸ਼ ਕੀਤੀ ਲੋਕਾਂ ਨੂੰ ਜਾਣਦਾ ਸੀ ਕਿ ਮਿੰਤ ਤਰਲਾ ਕਰਕੇ ਕਿਤਨਾ ਕਿਤੇ ਗੱਲ ਠੰਡੀ ਹੁਣ ਤੁਸੀਂ ਦੇਖੋ ਕਿ ਜਿਹੜੇ ਡੀਜੀਪੀ ਸਾਹਿਬ ਦਾ ਉਹਨਾਂ ਨੇ ਜ਼ਿਕਰ ਕੀਤਾ ਉਸ ਵੇਲੇ ਦੇ ਡੀਜੀਪੀ ਸਾਹਿਬ ਦਾ ਉਹਨਾਂ ਨੂੰ ਵੀ ਪੁੱਛਿਆ ਸੀ ਕਿ ਭਾਈ ਉਹ ਟੈਸਟ ਨਾਰਕੋ ਟੈਸਟ ਉਹ ਕਹਿੰਦੇ ਨਹੀਂ ਸੇਤ ਨਹੀਂ ਤਕੜੀ ਚਰਨਜੀਤ ਸ਼ਰਮਾ ਉਹਨਾਂ ਨੇ ਕਿਹਾ ਵੀ ਕਹਿੰਦੇ ਮੈਂ ਵੀ ਢਿੱਲਾ ਜੇ ਥੋੜੇ ਦਿਨ ਪਹਿਲੇ ਉਹ ਕੋਲ ਮਲਾ ਕੇ ਤਿੰਨ ਜਣਿਆਂ ਦੇ ਵਿੱਚੋਂ ਮਲਵੇ ਸਾਬਕਾ ਡੀਜੀਪੀ ਤੇ ਸਾਬਕਾ ਐਸਐਸਪੀ ਉਹ ਮਨਾਂ ਕਰ ਗਏ ਪਰ ਆਈਜੀ ਉਮਰਾਨੰਗਲ ਸਾਹਿਬ ਕਹਿੰਦੇ ਵੀ ਮੇਰਾ ਨਾਰਕੋ ਟੈਸਟ ਕਰਾ ਲਓ ਪਰ ਨਾਲ ਕੁਮਰ ਵਿਜੇ ਪ੍ਰਤਾਪ ਦਾ ਕਰਾਓ ਪਰ ਚਲੋ ਇਹਦੇ ਵਿੱਚ ਵੈਸੇ ਉਹਨਾਂ ਕੰਮ ਜੇ ਸਾਹਿਬ ਨੇ ਤੁਰ ਪਿਆ ਦੇਖੋ ਇਹ ਕੋਡ ਪੂਰਾ ਗੋਲੀ ਕਾ ਉਧਰ ਬਰਗਾੜੀ ਵਾਲੀ ਜਿਹੜੀ ਐਸਆਈਟੀ ਸੀ ਉਹਨਾਂ ਨੇ ਆਪਣਾ ਚਲਾਨ ਪੇਸ਼ ਕਰਤਾ ਉਹਨਾਂ ਨੇ 6 ਜਣੇ ਅੰਦਰ ਨੇ ਤਿੰਨ ਫਰਾਰ ਨੇ ਇੱਕ ਬੰਦਾ ਕਹਿੰਦੇ ਕਤਲ ਹੋ ਗਿਆ ਹੁਣ ਜੇ 20 ਜੁਲਾਈ ਉਹਦੀ ਤਰੀਕ ਰੱਖੀ ਆ ਤੇ ਇਹ ਦਾ ਮਤਲਬ ਆ ਜਿਹੜਾ ਜੁਲਾਈ ਦਾ ਮਹੀਨਾ ਇਹਦੇ ਐਂਡ ਤੱਕ ਜਾਂਦਿਆਂ ਜਾਂਦਿਆਂ ਇਸ ਮਾਮਲੇ ਦੇ ਵਿੱਚ ਵੀ 2015 ਵਾਲੇ ਗੋਲੀ ਕਾਂਡ ਹੋ ਗਿਆ ਜਾਂ ਆਪਣਾ ਬੇਦਬੀ ਕਾਂਡ ਹੋ ਗਿਆ ਕੁਝ ਨਾ ਕੁਝ ਤੇ ਸਾਹਮਣੇ ਆਊਗਾ ਦੇਖੋ ਤਿੰਨ ਮਸਲੇ ਬਰਾਬਰ ਐ ਚੱਲੇ ਜਾਂਦੇ ਆ ਕਿਸਾਨਾਂ ਦਾ ਮੁੱਦਾ ਉਹ ਲੋਕਾਂ ਨੇ ਚਲਾਇਆ ਉਧਰਲੇ ਪਾਸੇ ਰੇਤਾ ਵਾਲਾ ਮੁੱਦਾ ਸੁਖਬੀਰ ਸਿੰਘ ਬਾਦਲ ਸਾਹਿਬ ਖੱਡਾਂ ਜਾਂਦੇ ਆ ਇਧਰਲੇ ਪਾਸੇ ਬਿਜਲੀ ਵਾਲਾ ਮੁੱਦਾ ਕੈਪਟਨ ਸਾਹਿਬ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਦੋਸ਼ ਬਹੁਤ ਲੱਗਦੇ ਆ ਤੇ ਬਿਜਲੀ ਵਾਲਾ ਮੁੱਦਾ ਤਾਂ ਚੌਥਾ ਹੈਗਾ ਹੀ ਆ ਇਹ ਚਾਰੇ ਹੀ ਮੁੱਦੇ ਹਾਂ ਐਂ ਤੁਰਿਓ ਆ ਪਤਾ ਨਹੀਂ ਕਿਹੜੇ ਮੁੱਦੇ 'ਚ ਕਿਹੜੇ ਮੇਲੇ ਪਟਾਕਾ ਪੈ ਜਾਣਾ ਬਸ ਐਂਡ ਸਾਰਾ ਕੁਝ ਪਟਾਕਾ ਪੈਣ ਤੋਂ ਪਹਿਲਾਂ ਪਹਿਲਾਂ ਇਹ ਵੀ ਆਪਾਂ ਦੱਸ ਦਈਏ ਵੀ ਇਹ 20 ਜੁਲਾਈ ਦਾ ਕੀ ਉਹ ਮੌਨਸੂਨ ਸੈਸ਼ਨ ਆ ਜਿੱਥੇ ਉਸ ਨਵੇਂ ਮੰਤਰਾਲੇ ਦੇ ਮੰਤਰੀ ਸਾਹਿਬ ਜਾ ਕੇ ਇਹ ਦੱਸਣਗੇ ਵੀ ਇਹ ਜਿਹੜਾ ਮੰਤਰਾਲਾ ਇਹ ਕਿਉਂ ਬਣਾਇਆ ਕਿਉਂ ਬਣਾਇਆ ਤੇ ਬਹੁਤੀ ਸਵਾਲ ਪੁੱਛਣਗੇ ਦੋ ਤਰ੍ਹਾਂ ਮੈਂ ਦੱਸਿਆ ਉਹ ਟਰਾਂਸਫਾਰਮਰ ਲਾਉਣੀਆਂ ਕਿ ਜਾ ਕੇ ਇਹਦੇ ਜਨਰੇਟਰ ਨੂੰ ਲਾਉ ਜਨਰੇਟਰ ਨੂੰ ਲਾਉਣੀ ਆ ਚਲਿਏ ਫਿਰ ਹੁਣ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇਥੇ ਸਮਾਪਤ ਕਰਦੇ ਆ ਆਪਣੀ ਫੀਡਬੈਕ ਸਾਡੇ ਤੱਕ ਪੇਜਦੇ ਰਿਹਾ ਕਰੋ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ